ਆ ਵਿਆਹਾਂ ਦਾ ਸੀਜ਼ਨ ਚੱਲਦਾ, ਸਾਡੇ ਬਜ਼ੁਰਗ ਵੀ ਬੈਠੇ ਨੇ। ਮੈਂ ਸਟੇਜ ਤੋਂ ਕਹਿ ਦਿੰਦਾ ਕਈ ਵਾਰੀ, ਮੇਰੇ ਸਾਥੀ ਕਹਿੰਦੇ ਨੇ ਜਥੇਦਾਰ ਜੀ ਕਿਹਾ ਨਾ ਕਰੋ। ਮੈਂ ਕਿਹਾ ਲੋਕਾਂ 'ਚ ਜਾਗ੍ਰਿਤੀ ਤਾਂ ਹੀ ਆਊਗੀ ਜੇ ਇਹਨਾਂ ਨੂੰ ਉਖੜਵੇਂ ਸ਼ਬਦ ਕਹਾਂਗੇ। ਆ ਜਿਹੜੀਆਂ ਬੀਬੀਆਂ ਇਤਿਹਾਸ ਪੜ੍ਹ ਕੇ ਦੇਖੋ, ਕਦੇ ਹੋਰ ਇਤਿਹਾਸ ਦੇ ਅੰਦਰ ਸਿੱਖ ਧਰਮ ਦੇ ਅੰਦਰ ਕਦੇ ਬੇਸ਼ਵਾ ਦਾ ਨਾਂ ਦਿੱਤਾ ਜਾਂਦਾ ਸੀ ਨੱਚਣ ਵਾਲੀ ਨੂੰ, ਬੇਸ਼ਵਾ ਦਾ ਬੇਸ਼ਵਾ ਦਾ ਨਾਂ ਦਿੱਤਾ ਸੀ ਨੱਚਣ ਵਾਲੀ ਨੂੰ। ਅੱਜ ਸਾਡੇ ਵਿਆਹ ਨਹੀਂ ਸੰਪੂਰਨ ਹੁੰਦੇ ਬੇਸ਼ਵਾ ਬਿਨਾਂ। ਉਹ ਗੁਰੂ ਪਿਆਰਿਓ, ਅਸੀਂ ਕਿੱਧਰ ਜਾ ਰਹੇ ਹਾਂ? ਅਸੀਂ ਕਰਾਹੇ ਪੈ ਗਏ ਹਾਂ, ਰਸਤਾ ਭਟਕ ਗਏ ਹਾਂ, ਭੁੱਲ ਗਏ ਹਾਂ। ਉਹਨਾਂ ਨਾਲ ਅਸੀਂ ਕਰਦੇ ਹਾਂ ਵੀ ਸਾਡੇ 19 ਤਰੀਕ ਦਾ ਵਿਆਹ, ਉਹ ਕਹਿੰਦੇ ਸਾਡੇ ਕੋਲ ਤਾਂ ਟਾਈਮ ਨਹੀਂ ਇਹ ਤਰੀਕ ਦਾ, ਵਿਆਹ ਬਦਲ ਦਿੰਦੇ ਹਾਂ, ਤਰੀਕ ਬਦਲ ਦਿੰਦੇ ਹਾਂ। ਪਰ ਉਹ ਕਹਿੰਦੀਆਂ ਨੇ ਵੀ ਅਸੀਂ ਤਾਂ 1,00,000 ਰੁਪਇਆ ਲਵਾਂਗੇ। ਉਹਨਾਂ ਨੂੰ ਕਹਿੰਦੇ 1,00,000 ਦੇਵਾਂਗੇ। 1,00,000 ਦੇ ਵਿੱਚ ਸਾਈ ਕਰ ਲੈਂਦੇ ਨੇ, 1,00,000 ਉੱਤੇ ਸੜ ਦਿੰਦੇ ਨੇ। ਜੇ ਢਾਡੀ ਜਥਾ ਕਹੇ ਵੀ ਅਸੀਂ 31,000 ਲੈਣਾ, 40,000 ਲੈਣਾ, ਉਹ ਕਹਿੰਦੇ ਨਹੀਂ ਨਹੀਂ ਤੁਸੀਂ ਤਾਂ ਮੁੱਲ ਵੇਚਦੇ ਹੋ। ਰਾਗੀ ਜਥਾ ਕਹਿ ਦੇਵੇ ਅਸੀਂ ਆਨੰਦ ਕਾਰਜ 5,000 ਨੂੰ ਕਰਾਵਾਂਗੇ, ਕਹਿੰਦੇ ਮੁੱਲ ਵੇਚਦੇ ਹੋ ਕੀਰਤਨ। ਉਹ ਪਿਆਰਿਓ, ਅਸੀਂ ਕਿੱਧਰ ਜਾ ਰਹੇ ਹਾਂ? ਜਿਹੜੀ ਗੁਰੂ ਦੀ ਗੱਲ ਕਰਨ ਵਾਲੇ ਨੇ, ਗੁਰੂ ਦੀ ਉਪਮਾ ਕਰਨ ਵਾਲੇ ਨੇ, ਗੁਰੂ ਦਾ ਰਾਹ ਦੱਸਣ ਵਾਲੇ ਨੇ, ਤੁਹਾਨੂੰ ਭਟਕੇ ਹੋਏ ਰਾਹ ਤੋਂ ਲਿਆ ਕੇ ਚੰਗੇ ਸਿੱਧੇ ਰਸਤੇ ਪਾਉਣ ਵਾਲੇ ਇਨਸਾਨ ਨੇ, ਉਹਨਾਂ ਦੀ ਸਾਡੇ ਦਿਲ ਦੇ ਵਿੱਚ, ਸਾਡੇ ਦਿਮਾਗ ਦੇ ਵਿੱਚ ਕੋਈ ਮੁੱਲ ਨਹੀਂ ਹੈਗਾ, ਕੋਈ ਕੀਮਤ ਨਹੀਂ ਹੈਗੀ। ਪਰ ਮੈਂ ਇੱਕ ਗੱਲ ਹੋਰ ਵੀ ਕਹਾਂਗਾ, ਵੈਲਥ ਇਜ਼ ਨੋਟ ਆਲ, ਪੈਸਾ ਹੀ ਸਾਰਾ ਕੁਝ ਨਹੀਂ ਹੈਗਾ। ਪਰ ਜਿੱਥੇ ਪੈਸਾ ਨਹੀਂ ਸਾਰਾ ਕੁਝ ਹੈਗਾ, ਸਾਡਾ ਪੈਸੇ ਨਾਲ ਮੁੱਲ ਨਹੀਂ ਮੋੜਿਆ ਜਾ ਰਿਹਾ, ਉੱਥੇ ਪਿਆਰਿਓ ਸਾਡਾ ਸਤਿਕਾਰ ਨਾਲ ਵੀ ਮੁੱਲ ਨਹੀਂ ਮੋੜਿਆ ਜਾ ਰਿਹਾ। ਇਕੱਲੇ ਸਤਿਕਾਰ ਨਾਲ ਗੁਰੂ ਦੀ ਗੱਲ ਕਰਨ ਵਾਲਾ ਦਾ ਉਹਨਾਂ ਸਤਿਕਾਰ ਵੀ ਨਹੀਂ ਕਰਦੇ ਲੋਕ ਜਿੰਨਾ ਉਹਨਾਂ ਦਾ ਕਰਦੇ ਨੇ। ਗੁਰੂ ਪਿਆਰਿਓ, ਅਸੀਂ ਕਰਾਹੇ ਪੈ ਗਏ। ਇੱਕ ਜ਼ਿਮੀਂਦਾਰ, ਉਹ ਕਰਜ਼ਾ ਲੈਂਦਾ ਪਹਿਲਾਂ, ਵਿਆਹ ਕਰਨ ਤੋਂ ਪਹਿਲਾਂ ਕੋਈ ਕਰਮਾਂ ਵਾਲੇ ਕੋਲ ਪੈਸੇ ਨੇ, ਕੋਲ ਕਰਜ਼ਾ ਲੈਂਦਾ। ਫਿਰ ਉਹ ਬਰਾਤ ਦੇ ਵਿੱਚ ਆਪਣੀ ਧੀ ਦਾ ਵਿਆਹ ਕਰਦਾ, ਫਿਰ ਉਹ ਕਹਿੰਦਾ ਮੈਨੂੰ ਕਿਤੇ ਬਰਾਤੀ ਘੱਟ ਨਾ ਕਹਿ ਦੇਣ ਮੇਰੇ ਕੁੜਮ। ਫਿਰ ਉਹ ਜਾ ਕੇ ਉਹਨਾਂ ਬੀਬੀਆਂ ਦੇ ਉੱਤੇ ਪੈਸੇ ਐਂ ਲਟਾਉਂਦਾ ਵੀ ਲੋਕ ਕਹਿਣ ਵੀ ਬਹੁਤ ਅਮੀਰ ਹੈ। ਫਿਰ ਪਤਾ ਲੱਗਦਾ 2-4 ਸਾਲ ਬਾਅਦ ਵੀ ਕਿਸਾਨ ਨੇ 3,50,000 ਰੁਪਇਆ ਦੇਣ ਦੀ ਗੱਲ ਫਰਾ ਲੈ ਲਿਆ। ਜੇ ਪਹਿਲਾਂ ਹੀ ਨਾ ਕਰੀਏ ਕੰਮ, ਸਾਦੇ ਵਿਆਹ ਕਰੋ, ਸਾਦੇ ਭੋਗ ਪਾਓ, ਉਹ ਗੁਰੂ ਦੇ ਪੈਰੇ ਗੁਰੂ ਨਾਨਕ ਦੀ ਮਰਜ਼ਾਦਾ ਨੂੰ ਪਛਾਣੋ। ਗੁਰੂ ਨਾਨਕ ਦੀ ਮਰਜ਼ਾਦਾ ਕੀ ਹੈ? ਅਸੀਂ ਟੈਂਟਾਂ ਵਾਲਿਆਂ ਨੂੰ ਦਿੰਦੇ ਹਾਂ, ਟੈਂਟ ਲਾਓ ਜੀ, ਟੇਬਲ ਲਾਓ ਜੀ, ਕਰੋਕਰੀ ਲਿਆਓ ਜੀ। ਸਾਡੇ ਨਗਰ ਪਿੰਡ ਕਲਾਲ ਦੇ ਅੰਦਰ ਭਾਵੇਂ ਕਿਸੇ ਦੇ ਵੀ ਮਰਗ ਹੋ ਜਾਵੇ, ਉਹ ਗੁਰਦੁਆਰੇ ਭੋਗ ਪੈਂਦਾ। ਸਾਡੇ ਪਿੰਡ ਦੀਆਂ ਮਾਈਆਂ ਪ੍ਰਸ਼ਾਦਾ ਤਿਆਰ ਕਰਦੀਆਂ ਨੇ, ਹਲਵਾਈ ਲਿਆ ਕੇ ਸਬਜ਼ੀ ਜ਼ਰੂਰ ਬਣਾਈ ਜਾਂਦੀ ਆ, ਪਰ ਉਹਨੂੰ ਵਰਤਾਉਣ ਵਾਲੇ ਸਾਡੇ ਪਿੰਡ ਦੇ ਨੌਜਵਾਨ ਨੇ, ਭਾਂਡੇ ਤੱਕ ਆਪ ਮਾਂਜਦੇ ਨੇ ਸਾਡੇ ਨਗਰ ਦੇ ਲੋਕ, ਉੱਥੇ ਖਰਚਾ ਨਹੀਂ ਪੈਂਦਾ। ਮੈਂ ਕਹਿੰਦਾ ਹਰੇਕ ਪਿੰਡ 'ਚ ਇੱਦਾਂ ਹੋ ਜਾਵੇ ਬਈ ਆਪ ਕੰਮ ਕਰਨ ਸਾਰੇ, ਉਸ ਘਰ ਵਾਲੇ 'ਤੇ ਖਰਚਾ ਹੀ ਨਾ ਪਵੇ। ਇਹ ਤਰੀਕੇ ਨਾਲ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ, ਆਪਣੇ ਆਪ ਨੂੰ ਪਛਾਣ ਕੇ ਚੱਲੋ ਗੁਰੂ ਦੇ ਪਿਆਰਿਓ। ਇਸ ਤਰੀਕੇ ਦੇ ਨਾਲ ਆਓ, ਅਸੀਂ ਅੱਜ ਪ੍ਰਸੰਗ ਨਾਲ ਜੁੜਨਾ ਕਰਨਾ ਹੈ। ਉਸ ਟਾਈਮ ਕਲੰਗੀ ਵਾਲੇ ਪਾਤਸ਼ਾਹ ਦੁਸ਼ਟ ਦਮਨ ਦੇ ਰੂਪ ਦੇ ਅੰਦਰ, ਜਿਨ੍ਹਾਂ ਨੇ ਕਈ ਯੁੱਗ ਹੇਮਕੁੰਟ ਦੀ ਧਰਤੀ ਦੇ ਉੱਤੇ ਤਪ ਕੀਤਾ, ਉਸ ਧਰਤੀ ਦੇ ਉੱਤੇ ਔਰੰਗਜ਼ੇਬ ਬਾਦਸ਼ਾਹ ਨੇ ਵੀ ਤਪ ਕੀਤਾ। ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ 9 ਦਸੰਬਰ ਨੂੰ ਆ ਰਹੀ ਹੈ। ਗੁਰੂ ਦੇ ਪਿਆਰਿਓ, ਅੱਜ ਅਸੀਂ ਗੁਰੂ ਮਹਾਰਾਜ ਦੀ ਸ਼ਹਾਦਤ ਦਾ ਪ੍ਰਸੰਗ ਨਾਲ ਸੰਗਤਾਂ ਨੂੰ ਨਿਹਾਲ ਕਰਨ ਜਾ ਰਹੇ ਹਾਂ, ਸੁਣਾਉਣ ਜਾ ਰਹੇ ਹਾਂ, ਯਤਨ ਕਰਦੇ ਹਾਂ ਉਸ ਟਾਈਮ ਦੀ ਮਹਾਰਾਜ ਦੀ ਉਪਮਾ ਕੀਤੀ ਜਾਵੇ, ਮਹਾਰਾਜ ਦੇ ਸਿੱਖਾਂ ਦੀ ਉਪਮਾ ਕੀਤੀ ਜਾਵੇ, ਉਹਨਾਂ ਦੇ ਗੁਣ ਗਾਏ ਜਾਣ,
ਜਿਨ੍ਹਾਂ ਨੇ ਸਾਡੇ ਲਈ, ਸਾਡੇ ਜਿਉਣ ਲਈ, ਸਾਡੇ ਸਾਹ ਲੈਣ ਲਈ, ਸਾਡੀ ਆਜ਼ਾਦੀ ਲਈ, ਸਾਡੇ ਪਹਿਰਾਵੇ ਲਈ, ਸਾਡੇ ਦਾੜੀ ਕੇਸਾਂ ਦੇ ਲਈ ਆਪਣੀ ਬਲੀਦਾਨ ਦਿੱਤਾ, ਸ਼ਹਾਦਤ ਦਿੱਤੀ, ਆਪਣੇ ਸਰੀਰ ਸਾਡੇ ਤੋਂ ਵਾਰ ਕੇ ਆਪਣੇ ਸਰਹਿਰੀ ਨਾਂ ਸਾਡੇ ਲਈ ਛੱਡ ਗਏ ਨੇ। ਪਰ ਅਸੀਂ ਲੈਂਦੇ ਹਾਂ ਕਿਸੇ ਦਾ ਨਾਂ? ਕਦੇ ਮਤੀ ਦਾਸ ਦੇ ਸੰਬੰਧ ਵਿੱਚ ਕਿਸੇ ਨੇ ਸਮਾਗਮ ਕੀਤਾ? ਕਦੇ ਕਿਸੇ ਸਤੀ ਦਾਸ ਦੇ ਸੰਬੰਧ ਵਿੱਚ ਕਿਸੇ ਨੇ ਸਮਾਗਮ ਕੀਤਾ? ਕਿਸੇ ਨੇ ਭਾਈ ਦਿਆਲੇ ਦੇ ਸੰਬੰਧ ਵਿੱਚ ਸਮਾਗਮ ਕੀਤਾ? ਮੈਂ ਤਾਂ ਕਹਿੰਦਾ ਨਹੀਂ ਕਦੇ ਕੀਤਾ ਹੋਵੇ, ਮੈਨੂੰ ਤਾਂ ਕਦੇ ਪ੍ਰੋਗਰਾਮ ਆਇਆ ਨਹੀਂ। ਜੇ ਕੀਤਾ ਹੋਊਗਾ ਤਾਂ ਮੈਨੂੰ ਮੇਰੇ ਨੌਲੇਜ ਤੋਂ ਬਾਹਰ ਹੈ। ਗੁਰੂ ਦੇ ਪਿਆਰਿਓ, ਇਸ ਤਰੀਕੇ ਦੇ ਨਾਲ ਅਸੀਂ ਉਹਨਾਂ ਸਿੰਘਾਂ ਦਾ ਨਾਂ ਹੀ ਨਹੀਂ ਲੈਂਦੇ, ਕਦੇ ਯਾਦ ਨਹੀਂ ਕਰਦੇ ਜਿਨ੍ਹਾਂ ਨੇ ਸਾਡੇ ਲਈ ਆਪਾ ਵਾਰਿਆ ਹੈ। ਇਸ ਕਰਕੇ ਅੱਜ ਗੁਰੂ ਤੇਗ ਬਹਾਦਰ ਮਹਾਰਾਜ ਦਾ ਪ੍ਰਸੰਗ ਸ਼ੁਰੂ ਕਰਨ ਜਾ ਰਿਹਾ, ਜਿੱਥੇ ਗੁਰੂ ਗੋਬਿੰਦ ਸਿੰਘ ਨੇ ਹੇਮਕੁੰਟ ਦੀ ਧਰਤੀ ਉੱਤੇ ਤਪ ਕੀਤਾ, ਉੱਥੇ ਪਾਂਡਵਾਂ ਨੇ ਵੀ ਤਪ ਕੀਤਾ। ਪੰਡ ਰਾਜ ਜਿੱਥੇ ਜੋਗ ਸਾਧਿਆ ਤੀ, ਬੈਠੇ ਰਿਸ਼ੀ ਸਮਾਧੀਆਂ ਲਾ ਪਾਈ। ਉੱਥੇ ਪਾਂਡਵਾਂ ਨੇ ਵੀ ਜੋਗ ਕਮਾਇਆ ਉਸ ਧਰਤੀ ਉੱਤੇ, ਉੱਥੇ ਔਰੰਗਜ਼ੇਬ ਬਾਦਸ਼ਾਹ ਨੇ ਵੀ ਤਪ ਕੀਤਾ। ਅਲਗਾਮ ਹੋਇਆ, ਅਲਗਾਮ ਫਾਰਸੀ ਦਾ ਸ਼ਬਦ ਹੈ, ਉਹ ਤੋਂ ਭਾਵ ਹੈ ਆਕਾਸ਼ਵਾਣੀ। ਔਰੰਗਜ਼ੇਬ, ਤੇਰੀ ਇਬਾਦਤ, ਤੇਰੀ ਬੰਦਗੀ, ਤੇਰੀ ਭਗਤੀ, ਤੇਰਾ ਸਿਮਰਨ ਖੁਦਾਏ ਦੀ ਕਚਹਿਰੀ ਦੇ ਵਿੱਚ ਬਾਰਗਾਹ ਲਾਹੀ ਦੇ ਅੰਦਰ ਪ੍ਰਵਾਨ ਹੋ ਗਿਆ ਹੈ, ਕਬੂਲ ਹੋ ਗਿਆ ਹੈ। ਮੰਗ ਕੀ ਮੰਗਦਾ? ਪਹਿਲੀ ਵਾਰੇ ਮੰਗ ਲਿਆ ਔਰੰਗਜ਼ੇਬ ਨੇ, ਕਹਿੰਦਾ ਬਾਦਸ਼ਾਹੀ ਲਿਖ ਦਿਓ ਜੇ ਮੈਨੂੰ ਮਾਤ ਲੋਕ 'ਚ ਭੇਜਦੇ ਹੋ। ਬਾਦਸ਼ਾਹੀ ਲਿਖਾ ਕੇ ਆ ਗਿਆ। ਉਹ ਪੈਦਾ ਕਿੱਥੇ ਹੋਇਆ? ਦਿੱਲੀ ਸਲਤਨਤ ਦੀ ਮਾਲਕ ਰਾਜੇ ਦੇ ਘਰ ਪੈਦਾ ਹੋਇਆ। ਜਦੋਂ ਰਾਜੇ ਦੇ ਘਰ ਪੈਦਾ ਹੋਇਆ, ਜਵਾਨ ਹੋਇਆ, ਆਉਂਦਾ ਆਉਂਦਾ ਇੱਕ ਖੁਦਾ ਨਾਲ ਵਾਅਦਾ ਕੀਤਾ, ਖੁਦਾ ਮੈਂ ਦੋ ਤੋਂ ਇੱਕ ਬਣਾ ਦਿਆਂਗਾ, ਚਾਰੇ ਪਾਸੇ ਹੈਦਰੀ ਝੰਡੇ ਚੱਲਣਗੇ, ਸਲਾਮ ਹੀ ਸਲਾਮ ਹੋਵੇਗਾ। ਗੁਰੂ ਦੇ ਪਿਆਰਿਓ, ਪਰ ਉਹ ਇਸ ਗੱਲਾਂ ਤੋਂ ਵਾਂਝਾ ਸੀ। ਗੁਰੂ ਨਾਨਕ ਮਹਾਰਾਜ ਨੇ ਕਿਹਾ ਭੈ ਵਿੱਚ ਪਵਣ ਬਹਿ ਸਤਬਾਉ, ਭੈ ਵਿੱਚ ਚੱਲੇ ਲੱਖ ਦਰਿਆਓ, ਭੈ ਵਿੱਚ ਆਗਨ ਕੱਢੇ ਵਿਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੇ ਸਰਭਾਰ, ਭੈ ਵਿੱਚ ਰਾਜਾ ਧਰਮ ਦਵਾਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋ ਕਰੋੜੀ ਚਲਤ ਨੰਤ, ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਵਿੱਚ ਆਡਾਣੇ ਆਕਾਸ, ਭੈ ਵਿੱਚ ਜੋਤ ਮਹਾਬਲ ਸੂਰ, ਭੈ ਵਿੱਚ ਆਵੇ ਜਾਵੇ ਪੂਰ, ਸਗਲਿਆ ਭਾਉ ਲਿਖਿਆ ਸਰਲੇਖ, ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਮਹਾਰਾਜ ਬਾਣੀ ਚ ਕਹਿੰਦੇ ਨੇ ਉਹ ਭਲਿਆ ਅਕਾਲ ਪੁਰਖ ਦਾ ਦਸਤੂਰ ਸੇਖ, ਉਹਦਾ ਸਿਧਾਂਤ ਦੇਖ, ਉਹਦਾ ਹੁਕਮ ਪਛਾਣ, ਵੀ ਭੈ ਵਿੱਚ ਪਵਣ ਬਹਿ ਸਦਭਾਉ। ਜੇ ਹਵਾ ਚੱਲਦੀ ਆ ਅਕਾਲ ਪੁਰਖ ਦੇ ਖੁਦਾ ਦੇ ਹੁਕਮ ਦੇ ਨਾਲ ਚੱਲਦੀ ਆ, ਜੇ ਪਾਣੀ ਦੇ ਬਹਿਣ ਬਹਿ ਰਹੇ ਨੇ ਉਸ ਮਾਲਕ ਦੇ ਅਕਾਲ ਪੁਰਖ ਦੇ ਹੁਕਮ ਦੇ ਨਾਲ ਬਹਿ ਰਹੇ ਨੇ। ਇੱਥੋਂ ਤੱਕ ਮਹਾਰਾਜ ਨੇ ਬਾਣੀ 'ਚ ਕਹਿ ਦਿੱਤਾ ਵੀ ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋ ਕਰੋੜੀ ਚਲਤਨਾਂਤ। ਕਹਿੰਦੇ ਜਿਹੜੇ ਚੰਦ ਤੇ ਸੂਰਜ ਨੇ ਨਾ, ਉਹਨਾਂ ਨੂੰ 24 ਘੰਟੇ 'ਚ ਇੱਕ ਚੱਕਰ ਧਰਤੀ ਦੇ ਆਲੇ ਦੁਆਲੇ ਲਾਉਣਾ ਪੈਂਦਾ, ਇੱਕ ਚੱਕਰ। ਜੇ ਉਹ ਚਾਹਣ ਵੀ ਅਸੀਂ ਭੱਜ ਕੇ ਜਾਈਏ, 2 ਘੰਟੇ 'ਚ ਇੱਕ ਚੱਕਰ ਲਾ ਕੇ 22 ਘੰਟੇ ਆਰਾਮ ਕਰੀਏ, ਹੋ ਨਹੀਂ ਸਕਦਾ। ਕਿਉਂਕਿ ਮਹਾਰਾਜ ਕਹਿੰਦੇ ਨੇ, ਕੀ ਕਹਿੰਦੇ ਨੇ? ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੇ ਜੇ ਬੁੱਝੇ ਤਾਂ ਹਉਮੈ ਕਹਿਣ ਕੋਏ। ਜਿਹੜਾ ਇਸ ਹੁਕਮ ਨੂੰ ਬੁੱਝ ਲੈਂਦਾ, ਜਿਹੜਾ ਇਸ ਹੁਕਮ ਨੂੰ ਬੁੱਝ ਲੈਂਦਾ
ਉਹਦੇ ਪਾਰ ਉਤਾਰੇ ਹੋ ਜਾਂਦੇ ਨੇ। ਉਹ ਇਨਸਾਨ ਹਮੇਸ਼ਾ ਗੁਰੂ ਦੇ ਦੱਸੇ ਹੋਏ ਮਾਰਗ 'ਤੇ ਚੱਲੇਗਾ। ਹੁਣ ਔਰੰਗਜ਼ੇਬ ਬਾਦਸ਼ਾਹ ਦੀ ਵਾਰੀ ਆਈ ਹੈ, ਜਵਾਨ ਹੋ ਗਿਆ, ਜਵਾਨ ਹੋਇਆ, ਖੁਦਾ ਨਾ ਕੀਤਾ ਵਾਅਦਾ ਯਾਦ ਆ ਗਿਆ ਵੀ ਮੈਂ ਖੁਦਾ ਨਾਲ ਵਾਅਦਾ ਕਰਕੇ ਆਇਆ, ਮੈਂ ਦੋ ਤੋਂ ਇੱਕ ਬਣਾ ਦਿਆਂਗਾ। ਔਰੰਗਜ਼ੇਬ ਬਾਦਸ਼ਾਹ ਨੇ ਸਭ ਤੋਂ ਪਹਿਲਾਂ ਦਿੱਲੀ ਸਲਤਨਤ ਦੇ ਰਾਜੇ ਆਪਣੇ ਪਿਤਾ ਨੂੰ ਨੂੜ ਲਿਆ, ਉਹਨੂੰ ਮੁਸ਼ਕਾਂ ਦੇ ਲਈਆਂ, ਮੁਸ਼ਕਾਂ ਦੇ ਕੇ ਕਿੱਥੇ ਬਿਠਾਤਾ, ਕੈਦ ਕੀਤੀ, ਕਿੱਥੇ ਕੀਤੀ, ਜਿੱਥੇ ਕਦੇ ਉਹਦਾ ਪਿਤਾ ਊਂਠ ਬੰਨਿਆ ਕਰਦਾ ਸੀ, ਘੋੜੇ ਬੰਨਿਆ ਕਰਦਾ ਸੀ, ਹਾਥੀ ਬੰਨਿਆ ਕਰਦਾ ਸੀ, ਉਸ ਥਾਂ ਤੇ ਆਪਣੇ ਪਿਤਾ ਨੂੰ ਨੂੜ ਕੇ ਬਿਠਾ ਦਿੱਤਾ। ਅੱਜ ਈਦ ਦਾ ਦਿਨ ਆ ਗਿਆ, ਕਿੰਨਾ ਚਿਰ ਹੋ ਗਿਆ, ਉਹਦਾ ਖਾਣਾ ਵੀ ਕੱਟ ਕਰ ਦਿੱਤਾ, ਉਹਨੂੰ ਇੱਕ ਗਲਾਸ ਦੇ ਵਿੱਚ ਨੂਣ ਘੋਲ ਕੇ 24 ਘੰਟੇ 'ਚ ਇੱਕ ਵਾਰੀ ਦਿੱਤਾ ਜਾਂਦਾ ਸੀ, ਉਹਦਾ ਪਾਣੀ ਬੰਦ ਕਰ ਦਿੱਤਾ, ਉਹਦਾ ਖਾਣਾ ਪੀਣਾ ਬੰਦ ਕਰ ਦਿੱਤਾ, ਬਹੁਤ ਘੱਟ ਉਹਨੂੰ ਰਾਸ਼ਨ ਦਿੰਦੇ ਸਨ ਛਕਣ ਵਾਸਤੇ। ਅੱਜ ਈਦ ਦਾ ਦਿਨ ਆ ਗਿਆ, ਜਿਹੜੇ ਇਸਲਾਮ ਧਰਮ ਦੇ ਲੋਕ ਨੇ ਈਦ ਜਿਵੇਂ ਅਸੀਂ ਗੁਰਪੁਰਬ ਮਨਾਉਂਦੇ ਹਾਂ ਨਾ, 27 ਤਰੀਕ ਨੂੰ ਗੁਰਪੁਰਬ ਆ ਰਿਹਾ, ਸਾਨੂੰ ਬੜਾ ਚਾਓ ਆ, ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਹੈ। ਗੁਰੂ ਦੇ ਪਿਆਰਿਓ, ਇੱਕ ਨੇ ਮੁਸਲਮਾਨ ਲੋਕਾਂ ਨੂੰ ਈਦ ਪਿਆਰੀ ਹੈ, ਈਦ ਵਾਲੇ ਦਿਨ ਇਕੱਲਾ ਇਕੱਲਾ ਜੀ ਨਵੇਂ ਕੱਪੜੇ ਪਾਉਂਦਾ ਹੈ, ਫਿਰ ਉਹ ਮਸਜਿਦ ਜਾ ਕੇ ਨਵਾਜ਼ ਪੜ੍ਹਦੇ ਨੇ, ਫਿਰ ਉਹ ਚੰਗੇ ਚੰਗੇ ਖਾਣੇ ਬਣਾਉਂਦੇ ਨੇ, ਦੁਕਾਨਾਂ ਲੱਗਦੀਆਂ ਨੇ, ਖਰੀਦੋ ਫਰੋਖਤ ਹੁੰਦੀ ਹੈ, ਸਾਰਾ ਕੁਝ ਹੁੰਦਾ ਹੈ। ਅਤੇ ਅੱਜ ਈਦ ਦਾ ਦਿਨ ਆ ਗਿਆ, ਇੱਕ ਦੂਸਰੇ ਨੂੰ ਉਹ ਈਦ ਮੁਬਾਰਕ ਕਹਿੰਦੇ ਨੇ, ਗਲੇ ਲੱਗ ਕੇ ਮਿਲਦੇ ਨੇ ਪਿਆਰ ਨਾਲ, ਈਦ ਇੱਕ ਪਿਆਰ ਦਾ ਸੰਦੇਸ਼ ਹੈ ਗੁਰੂ ਦੇ ਪਿਆਰਿਓ। ਇਸ ਕਰਕੇ ਹੁਣ ਈਦ ਦਾ ਦਿਨ ਆਇਆ, ਉਹ ਪਾਪੀ ਜ਼ੁਲਮੀ ਔਰੰਗਜ਼ੇਬ ਬਾਦਸ਼ਾਹ ਨੇ ਛੋਟੇ ਭਾਈ ਨੂੰ ਕੈਦ ਕੀਤਾ, ਬਾਹਾਂ ਪਿੱਛੇ ਨੂੰ ਬੰਨ੍ਹੀਆਂ ਨੇ, ਸਿਰ ਕਲਮ ਕਰ ਲਿਆ, ਧੜ ਨਾਲ ਸਿਰ ਅਲੱਗ ਕਰਤਾ ਛੋਟੇ ਭਰਾ ਦਾ, ਥਾਲੀ ਵਿੱਚ ਰੱਖ ਲਿਆ, ਉੱਤੇ ਰੁਮਾਲ ਦੇ ਦਿੱਤਾ। ਹੁਣ ਉੱਥੇ ਚਲੇ ਗਿਆ ਨੌਕਰਾਂ ਚਾਕਰਾਂ ਨੂੰ ਲੈ ਕੇ ਜਿੱਥੇ ਉਹਦਾ ਪਿਤਾ ਉਹਨੇ ਨੂੜ ਕੇ ਬਿਠਾਇਆ ਹੋਇਆ ਸੀ, ਕੈਦ ਕਰਕੇ ਬਿਠਾਇਆ ਸੀ, ਉੱਥੇ ਚਲੇ ਗਿਆ। ਜਾ ਕੇ ਕਹਿੰਦਾ, ਅੱਬਾ ਜਾਨ, ਈਦ ਮੁਬਾਰਕ ਹੋਵੇ। ਔਰੰਗਜ਼ੇਬ ਬਾਦਸ਼ਾਹ ਦਾ ਪਿਤਾ ਖੁਸ਼ ਹੋ ਗਿਆ, ਕਹਿੰਦਾ ਫਿਰ ਵੀ ਮੇਰਾ ਪੁੱਤ ਹੈ, ਮਾਂ ਬਾਪ ਦੀ ਜਿਹੜਾ ਔਲਾਦ ਚਾਹੇ ਕਿੰਨੀ ਉਹ ਮਾੜੀ ਹੈ, ਮਾਂ ਬਾਪ ਦਾ ਦਿਲ ਫਿਰ ਵੀ ਉਹਨੂੰ ਮਾੜਾ ਨਹੀਂ ਕਹਿੰਦਾ, ਦੁਰਸੀਸ ਨਹੀਂ ਦਿੰਦਾ ਉਹਨੂੰ, ਕਹਿੰਦਾ ਫਿਰ ਵੀ ਮੇਰਾ ਪੁੱਤ ਆ, ਅੱਜ ਈਦ ਦਾ ਦਿਨ ਆ, ਫਿਰ ਵੀ ਈਦ ਮੁਬਾਰਕ ਕਹਿਣ ਤਾਂ ਆਇਆ। ਕਹਿੰਦਾ ਪੁੱਤ ਗਲੇ ਲੱਗ ਜਾ, ਗਲੇ ਲੱਗ ਕੇ ਮਿਲਿਆ ਪਿਤਾ ਦੇ। ਕਹਿੰਦਾ ਪਿਤਾ ਜੀ, ਅੱਜ ਮੈਂ ਤੁਹਾਨੂੰ ਇੱਕ ਤੋਹਫਾ ਪੇਸ਼ ਕਰਨ ਵਾਸਤੇ ਆਇਆ ਹਾਂ, ਬਹੁਤ ਵਧੀਆ ਤੋਹਫਾ ਲੈ ਕੇ ਆਇਆ। ਕਹਿੰਦੇ ਬਹੁਤ ਵਧੀਆ ਤੋਹਫਾ ਲੈ ਕੇ ਆਇਆ? ਕਹਿੰਦੇ ਹਾਂ। ਕਹਿੰਦੇ ਲਿਆਓ ਬਈ। ਜਦੋਂ ਸ਼ਾਹੀ ਰੁਮਾਲ ਉੱਤੋਂ ਲਾਹਿਆ, ਔਰੰਗਜ਼ੇਬ ਬਾਦਸ਼ਾਹ ਨੇ ਦੇਖਿਆ ਮੇਰੇ ਛੋਟੇ ਪੁੱਤਰ ਦਾ ਸਿਰ ਹੈ, ਉਹਦੇ ਮੁੱਖ ਚੋਂ ਕੀ ਨਿਕਲਿਆ, ਉਹ ਪਾਪੀਆ, ਉਹਨੂੰ ਤੂੰ ਭਾਈ ਦਾ ਬਣਿਆ, ਨਾ ਬਾਪ ਦਾ ਬਣਿਆ, ਨਾ ਮਾਂ ਦਾ ਬਣਿਆ, ਉਹ ਤੂੰ ਕਿਹਦਾ ਬਣੇਗਾ, ਤੈਨੂੰ ਖਦਾਏ ਮਾਰ ਪਵੇਗੀ, ਤੈਨੂੰ ਨਰਕਾਂ ਦੇ ਵਿੱਚ ਜਹੰਦਮ ਦੇ ਵਿੱਚ ਢੋਈ ਨਹੀਂ ਮਿਲੀ। ਜਹੰਦਮ ਕਹਿੰਦੇ ਨੇ ਫਾਰਸੀ ਦਾ ਸ਼ਬਦ ਆ ਨਰਕ ਨੂੰ, ਕਹਿੰਦੇ ਤੈਨੂੰ ਜਹੰਦਮ ਦੇ ਵਿੱਚ ਢੋਈ ਨਹੀਂ ਮਿਲੇਗੀ। ਇੱਥੋਂ ਸਟਾਰਟ ਹੋ ਗਿਆ ਉਹਦਾ ਜ਼ੁਲਮ, ਪਹਿਲਾਂ ਉਹਨੇ ਆਪਣੇ ਘਰੇ ਜ਼ੁਲਮ ਕੀਤਾ, ਅਸੀਂ ਕੀ ਆਸ ਰੱਖਦੇ ਸੀ ਉਹ ਤੋਂ, ਹੋਰ ਧਰਮਾਂ ਤੋਂ ਕੀ ਆਸ ਰੱਖਦੇ ਸੀ, ਜਦ ਉਹਨੇ ਆਪਣੇ ਪਿਤਾ ਨੂੰ ਆਪਣੇ ਭਰਾ ਨੂੰ ਨਹੀਂ ਬਖਸ਼ਿਆ। ਇੰਨੀ ਗੱਲ ਕਹਿ ਕੇ ਔਰੰਗਜ਼ੇਬ ਬਾਦਸ਼ਾਹ ਦਾ ਪਿਤਾ ਦੀ ਮੌਤ ਹੋ ਗਈ, ਸਵਾਸ ਉਹ ਛੱਡ ਗਏ ਨੇ, ਮੌਤ ਹੋ ਗਈ ਹੈ। ਹੁਣ ਉਹਨੇ ਗੱਦੀ 'ਤੇ ਕਾਬਜ਼ ਹੋਇਆ, ਉਹਨੇ ਬੜੇ ਬੜੇ ਸਾਰੇ ਭਾਰਤ ਵਰਸ ਦੇ ਅੰਦਰੋਂ, ਰਿਆਸਤਾਂ ਦੇ ਅੰਦਰੋਂ, ਸਟੇਟਾਂ ਦੇ ਅੰਦਰੋਂ ਬੜੇ ਬੜੇ ਸੂਬੇਦਾਰ, ਨਵਾਬ, ਤਲਵਾਰਧਾਰੀ ਯੋਧੇ ਸਾਰਿਆਂ ਦੀ ਮੀਟਿੰਗ ਕੀਤੀ, ਖੁਦਾ ਨਾ ਕੀਤਾ ਵਾਅਦਾ ਯਾਦ ਕਰਾਇਆ, ਦੋ ਹੁਕਮਨਾਮੇ ਦਿੱਲੀ ਦਰਬਾਰ ਦੇ ਵਿੱਚ ਔਰੰਗਜ਼ੇਬ ਬਾਦਸ਼ਾਹ ਨੇ ਹੁਣ
ਫਰਮਾਨ ਜਾਰੀ ਕਰ ਦਿੱਤਾ। ਇੱਕ ਹੁਕਮਨਾਮਾ ਸੀਗਾ, ਜਿਹੜੇ ਹਿੰਦੂ ਲੋਕ ਨੇ ਉਹਨਾਂ ਨੂੰ ਜ਼ਬਰਦਸਤ ਮੁਸਲਮਾਨ ਬਣਾਇਆ ਜਾਵੇ। ਜੇ ਕੋਈ ਮੁਸਲਮਾਨ ਪਿਆਰ ਨਾਲ ਬਣਦਾ ਠੀਕ ਹੈ, ਜੇ ਕੋਈ ਨਹੀਂ ਬਣਦਾ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇ। ਇੱਕ ਹੁਕਮਨਾਮਾ ਨਾ ਹੋਰ ਜਾਰੀ ਕੀਤਾ, ਉਹ ਮੁਸਲਮਾਨਾਂ ਦੇ ਵਿਰੁੱਧ ਜਾਰੀ ਕੀਤਾ। ਉਹ ਕੋਈ ਮੁਸਲਮਾਨ ਨਹੀਂ ਸੀਗਾ, ਉਹ ਤਾਂ ਪਹਿਰਾਵੇ ਦੇ ਅੰਦਰ ਭੇੜੀਆ ਸੀ। ਗੁਰੂ ਦੇ ਪਿਆਰਿਓ, ਦੂਸਰਾ ਮੁਸਲਮਾਨਾਂ ਦੇ ਵਿਰੁੱਧ ਉਹ ਕਹਿੰਦੇ ਜਿਹੜੇ ਬੁੱਤ ਪੂਜਦੇ ਨੇ, ਕਬਰਾਂ ਪੂਜਦੇ ਨੇ, ਮਕਬਰਿਆਂ ਦੇ ਵਿੱਚ ਦੀਵੇ ਲਾਈ ਬੈਠੇ ਨੇ, ਚਿਰਾਗ ਜਲਾਈ ਬੈਠੇ ਨੇ, ਕਹਿੰਦੇ ਤੁਸੀਂ ਮਕਬਰੇ ਦੇ ਵਿੱਚ ਜਾਣਾ, ਕਬਰ ਦੇ ਕੋਲ ਖੜ ਕੇ ਬੜੀ ਇੱਜ਼ਤ ਨਾਲ ਜਾਣਾ, ਜੋੜੇ ਖੋਲ ਕੇ ਜਾਣਾ, ਉਸ ਕਬਰ ਦੇ ਕੋਲ ਖੜ ਕੇ ਕਹਿਣਾ ਅਸਲਾਮ ਅਲੈਕਮ। ਜੇ ਉਹਦੇ ਵਿੱਚ ਆਵਾਜ਼ ਆਈ ਵਾਲੇਕਮ ਸਲਾਮ, ਤਾਂ ਉਹਨੂੰ ਕੁਝ ਨਹੀਂ ਕਹਿਣਾ। ਜੇ ਉਹਦੇ ਵਿੱਚ ਆਵਾਜ਼ ਨਹੀਂ ਆਈ, ਮਕਬਰੇ ਨੂੰ ਪੂਜਣ ਵਾਲੇ ਨੂੰ ਵੀ ਮਾਰ ਦੇਣਾ ਤੇ ਮਕਬਰੇ ਨੂੰ ਵੀ ਢਾ ਦੇਣਾ। ਇਹ ਹੁਕਮਨਾਮੇ ਜਾਰੀ ਕੀਤੇ ਨੇ। ਆਹ ਇਹ ਹੁਕਮਨਾਮਾ ਜਾਰੀ ਪਾ ਕੇ ਹੁਣ ਔਰੰਗਜ਼ੇਬ ਆਸ਼ਾ ਦੀਆਂ ਫੌਜਾਂ ਜਾ ਰਹੀਆਂ ਨੇ ਤਲਵਾਰਾਂ ਲੈ ਕੇ। ਉਸ ਟਾਈਮ ਦਾ ਵਰਣਨ, ਉਸ ਟਾਈਮ ਦਾ ਸੀਨ, ਜਸਪਾਲ ਸਿੰਘ ਐਮ ਏ ਦੇ ਕਲਾੜ ਵਾਲੇ ਢਾਡੀ ਜਥਾ ਹੈ, ਇਉਂ ਕਹਿ ਰਿਹਾ ਬਈ ਤੇਗਾ ਚੁੱਕੀਆਂ ਬਹੁ ਮੰਦਰ ਢਾਏ, ਮੁਗਲਾਂ ਤੇਗਾ ਚੁੱਕੀਆਂ ਬਹੁ ਮੰਦਰ ਢਾਏ, ਹੋ ਮੁਗਲਾਂ ਤੇਗਾ ਚੁੱਕੀਆਂ ਬਹੁ ਮੰਦਰ ਢਾਏ, ਹੋ ਮੁਗਲਾਂ ਤੇਗਾ ਚੁੱਕੀਆਂ ਬਹੁ ਮੰਦਰ ਢਾਏ, ਹੋ ਨਾਲੇ ਪੈਂਦੇ ਖੂਨ ਦੇ ਹਿੰਦੂ ਕਰ ਲਾਏ, ਕਹਿੰਦੇ ਨਾਲੇ ਪੈਂਦੇ ਖੂਨ ਦੇ ਹਿੰਦੂ ਕਰ ਲਾਏ, ਨਾਲੇ ਪੈਂਦੇ ਖੂਨ ਦੇ ਹਿੰਦੂ ਕਰ ਲਾਏ। ਜ਼ੁਲਮ ਦੇ ਓ
ਹੋ ਜ਼ੁਲਮਤ ਹੈਂਦਾ ਬਾਦਲ ਛਾਏ, ਔਰੰਗਜ਼ੇਬੀ ਜ਼ੁਲਮਤ ਹੈਂਦਾ ਬਾਦਲ ਛਾਏ, ਔਰੰਗਜ਼ੇਬੀ ਜ਼ੁਲਮਤ ਹੈਂਦਾ ਬਾਦਲ ਛਾਏ, ਬਾਦਲ ਛਾਏ, ਹੋ ਔਰੰਗਜ਼ੇਬੀ ਜ਼ੁਲਮਤ ਹੈਂਦਾ ਬਾਦਲ ਛਾਏ, ਰਮਜ਼ਾਨ ਕਸ਼ਮੀਰ ਦੇ ਫਾੜੇ ਆਹੂ ਲਾਏ, ਕਹਿੰਦੇ ਸ਼ੇਰ ਅਫਗਾਨ ਕਸ਼ਮੀਰ ਦੇ ਫਾੜੇ ਆਹੂ ਲਾਏ, ਸ਼ੇਰ ਅਫਗਾਨ ਕਸ਼ਮੀਰ ਦੇ ਫਾੜੇ ਆਹੂ ਲਾਏ, ਸ਼ੇਰ ਅਫਗਾਨ ਕਸ਼ਮੀਰ ਦੇ ਫਾੜੇ ਆਹੂ ਲਾਏ, ਹੋ ਸ਼ੇਰ ਅਫਗਾਨ ਕਸ਼ਮੀਰ ਦੇ ਫਾੜੇ ਆਹੂ ਲਾਏ, ਪੰਡਤ ਨਾਲ ਕਸ਼ਮੀਰ ਦੇ ਆਨੰਦਪੁਰ ਆਏ, ਕਹਿੰਦੇ ਪੰਡਤ ਨਾਲ ਕਸ਼ਮੀਰ ਦੇ, ਕਹਿੰਦੇ ਪੰਡਤ ਨਾਲ ਕਸ਼ਮੀਰ ਦੇ, ਪੰਡਤ ਰਲ ਕਸ਼ਮੀਰ ਦੇ ਫਾੜੇ ਆਹੂ ਲਾਏ, ਪੰਡਤ ਰਲ ਕਸ਼ਮੀਰ ਦੇ ਫਾੜੇ ਆਹੂ ਲਾਏ, ਓ ਪੰਡਤ ਰਲ ਕਸ਼ਮੀਰ ਦੇ ਸਿਰ ਆਹੂ ਲਾਏ, ਹਾਂਜੀ ਲਾਏ, ਕਹਿੰਦੇ ਪੰਡਤ ਰਲ ਕਸ਼ਮੀਰ ਦੇ ਸਿਰ ਆਹੂ ਲਾਏ, ਹੋ ਚਰਨੀ ਟੈਪੇ ਗੁਰਾਂ ਦੇ ਦੁਖੀਏ ਕਰ ਲਾਏ, ਕਹਿੰਦੇ ਚਰਨੀ ਟੈਪੇ ਗੁਰਾਂ ਦੇ ਦੁਖੀਏ ਕਰ ਲਾਏ, ਚਰਨੀ ਟੈਪੇ ਗੁਰਾਂ ਦੇ ਦੁਖੀਏ ਕਰ ਲਾਏ, ਚਰਨੀ ਟੈਪੇ ਗੁਰਾਂ ਦੇ, ਗੁਰਾਂ ਦੇ, ਗੁਰਾਂ ਦੇ, ਚਰਨੀ ਟੈਪੇ ਗੁਰਾਂ ਦੇ ਦੁਖੀਏ ਕੁਰ ਲਾਏ, ਚਰਨੀ ਤੇ ਪੈ ਗੁਰਾਂ ਦੇ ਦੁਖੀਏ ਕਰ ਲਾਏ, ਹੋ ਹੋ ਮੁਗਲਾਂ ਤੇਗਾਂ ਚੱਕੀਆਂ ਬਹੁ ਮੰਦਰ ਟਾਹੇ, ਨਾਲੇ ਵਹਿੰਦੇ ਖੂਨ ਦੇ ਹਿੰਦੂ ਕਰ ਲਾਏ, ਔਰੰਗੇ ਦੇ ਜ਼ੁਲਮ ਦੇ ਹੰਦ ਬੱਦਲ ਛਾਏ, ਪੰਡਿਤ ਰਲ ਕਸ਼ਮੀਰ ਦੇ ਆਨੰਦਪੁਰ ਆਏ, ਉਹ ਚਰਨੀ ਟਹਿ ਕੇ ਗੁਰਾਂ ਦੇ ਦੁਖੀਏ ਕੁਰ ਲਾਏ। ਹੁਣ ਪੰਡਿਤ ਕਿਵੇਂ ਆਏ? ਗੁਰੂ ਦੇ ਪਿਆਰਿਓ, ਜਿਹੜੇ ਬ੍ਰਾਹਮਣ ਲੋਕ ਸੀ, ਦੋਏ ਹੁਕਮਨਾਮੇ ਪਾਏ, ਪਾਉਣ ਤੋਂ ਬਾਅਦ ਔਰੰਗਜ਼ੇਬ ਦੀਆਂ ਫੌਜਾਂ, ਰਿਆਸਤਾਂ ਦੀਆਂ ਫੌਜਾਂ ਮਿਲ ਕੇ ਬ੍ਰਾਹਮਣ ਲੋਕਾਂ ਦੇ ਉੱਤੇ, ਹਿੰਦੂ ਲੋਕਾਂ ਦੇ ਉੱਤੇ, ਮਹਾਜਨ ਲੋਕਾਂ ਦੇ ਉੱਤੇ ਜ਼ੁਲਮ ਕਰਦੀਆਂ ਕਿੱਥੇ ਚਲ ਗਈਆਂ? ਸ਼੍ਰੀ ਨਗਰ ਤੱਕ ਪਹੁੰਚ ਗਈਆਂ ਨੇ। ਹੁਣ ਸ਼੍ਰੀ ਨਗਰ ਦੇ ਅੰਦਰ ਬ੍ਰਾਹਮਣ ਲੋਕ ਬਹੁਤ ਜ਼ਿਆਦਾ ਸਨ,
ਉੱਥੇ ਬਹੁਤ ਬ੍ਰਾਹਮਣ ਮੌਤ ਤੋਂ ਡਰਦੇ ਮੁਸਲਮਾਨ ਬਣ ਗਏ। ਜਦ ਮੁਸਲਮਾਨ ਬਣ ਗਏ ਨਾ ਤਾਂ ਉਸ ਟਾਈਮ ਕੁਝ ਬ੍ਰਾਹਮਣ, ਇੱਕ ਉੱਥੇ ਸੰਤ ਸੀਗਾ ਬਾਬਾ ਅਮਰਨਾਥ, ਉਹਦਾ ਬੜਾ ਚਰਚਾ ਸੀ ਚਾਰੇ ਪਾਸੇ, ਉਹਦਾ ਬੜਾ ਬੋਲਬਾਲਾ ਸੀ ਚਾਰੇ ਪਾਸੇ। ਗੁਰੂ ਦੇ ਪਿਆਰਿਓ ਉਹਦੇ ਕੋਲ ਇਕੱਠੇ ਹੋ ਕੇ ਗਏ ਨੇ। ਜਦੋਂ ਉਹਦੇ ਕੋਲ ਇਕੱਠੇ ਹੋ ਕੇ ਗਏ ਨੇ, ਕਹਿਣ ਲੱਗੇ ਬਾਬਾ ਕਿਰਪਾ ਕਰੋ, ਸਾਡੇ ਧਰਮ ਦੀ ਰਾਖੀ ਕਰੋ, ਸਾਡਾ ਧਰਮ ਖਤਰੇ ਵਿੱਚ ਹੈ। ਉਹਨੇ ਨਾਂ 'ਚ ਸਿਰ ਹਿਲਾ ਦਿੱਤਾ। ਬਾਬਾ ਅਮਰਨਾਥ ਸੀਗਾ ਜਿਹੜਾ, ਉਹ ਕਹਿਣ ਲੱਗਿਆ ਭਲਿਓ ਮੇਰੇ ਕੋਲ ਇੰਨੀ ਤਾਕਤ ਨਹੀਂ ਹੈਗੀ, ਮੈਂ ਇੰਨੇ ਯੋਗਾ ਨਹੀਂ ਹੈਗਾ ਕਿ ਤੁਹਾਡੇ ਧਰਮ ਦੀ ਰਾਖੀ ਕਰ ਸਕਾਂ। ਬੜੇ ਨਿਰਾਸ਼ ਹੋਏ ਬ੍ਰਾਹਮਣ, ਕਹਿਣ ਲੱਗੇ ਬਾਬਾ ਅਸੀਂ ਸ਼ਿਵ ਜੀ ਦੀਆਂ ਮੂਰਤੀਆਂ ਮੂਹਰੇ ਬੈਠੇ ਟੱਲ ਖੜਕਾਏ ਨੇ, ਅਸੀਂ ਦੁਰਗਾ ਦੇ ਮੂਹਰੇ ਬੈਠ ਬੈਠ ਕੇ ਵਾਸਤੇ ਪਾਏ ਨੇ, ਕਦੇ ਅਸੀਂ ਦੁਰਗਾ ਨੂੰ ਮਨਾਉਂਦੇ ਸੀ, ਕਦੇ ਸ਼ਿਵ ਜੀ ਨੂੰ ਮਨਾਉਂਦੇ ਸੀ, ਕਦੇ ਵਿਸ਼ਨੂੰ ਨੂੰ ਮਨਾਉਂਦੇ ਸੀ, ਕਦੇ ਇੰਦਰ ਨੂੰ ਮਨਾਉਂਦੇ ਸੀ, ਪਰ ਸਾਡੇ ਨਾਲ ਕੋਈ ਨਹੀਂ ਖੜਾ ਹੋਇਆ, ਸਾਨੂੰ ਬਚਾਉਣ ਵਾਸਤੇ ਕੋਈ ਨਹੀਂ ਆਇਆ ਹੈਗਾ। ਗੁਰੂ ਦੇ ਪਿਆਰਿਓ ਅਸੀਂ ਤੁਹਾਡੀ ਸ਼ਰਨ ਵਿੱਚ ਆਏ ਹਾਂ, ਕਿਰਪਾ ਕਰੋ ਸਾਡੀ ਲੱਜ ਰੱਖੋ, ਸਾਡੀ, ਕਿਉਂਕਿ ਜਦੋਂ ਸਾਰੇ ਰਸਤਿਆਂ 'ਚੋਂ ਹਾਰ ਜਾਂਦਾ ਬੰਦਾ ਨਾ, ਹਰ ਕਾ ਨਾਮ ਸਦਾ ਸੁਖਦਾਈ ਬਾਣੀ ਕਹਿੰਦੀ ਹੈ, ਮੈਂ ਨਹੀਂ ਕਹਿੰਦਾ, ਹਰ ਕਾ ਨਾਮ ਸਦਾ ਸੁਖਦਾਈ, ਜਾਂ ਕੋ ਸਿਮਰ ਅਜਾਮਲ ਉਧਰਿਓ ਗਨਕਾ ਹੂਗਤ ਪਾਈ, ਪੰਚਾਲੀ ਕੋ ਰਾਜ ਸਭਾ ਮੇ ਰਾਮ ਨਾਮ ਸ਼ੁੱਧ ਆਈ। ਗੁਰੂ ਦੇ ਪਿਆਰਿਓ ਜਿਹੜੀ ਪੰਜੇ ਪਾਂਡਵਾਂ ਦੀ ਘਰਵਾਲੀ ਸੀ ਨਾ ਦਰੋਪਤਾ, ਉਹਨੂੰ ਮਾਣ ਸੀਗਾ, ਬੜਾ ਹੰਕਾਰ ਸੀ ਆਪਣੇ ਘਰਵਾਲਿਆਂ 'ਤੇ, ਮੇਰੇ ਤਾਂ ਘਰਵਾਲੇ ਬੜੇ ਫਨਕਾਰ ਨੇ, ਹਾਰਨ ਵਾਲੇ ਨਹੀਂ ਹੈਗੇ, ਸਾਰੀ ਦੁਨੀਆਂ ਨੂੰ ਹਰਾ ਦੇਣਗੇ, ਪਰ ਘਮੰਡੋ ਦਾ ਵੀ ਤੋੜਿਆ ਮਾਲਕ ਨੇ। ਜਦੋਂ ਉਹਦੇ ਬਸਤਰ ਹਰਨ ਕਰਨ ਲੱਗੇ, ਦੁਰਯੋਧਨ ਨੇ ਹੁਕਮ ਦੇ ਦਿੱਤਾ ਪੰਜੇ ਪਤੀ ਉਹਨੂੰ ਬਚਾਉਣ ਵਾਸਤੇ ਉੱਠੇ ਨਹੀਂ ਹੈਗੇ। ਫਿਰ ਉਹਨੂੰ ਯਾਦ ਆਇਆ ਕਿ ਰੱਬਾ ਤੇ ਤੋਂ ਬਿਨਾਂ, ਭਗਵਾਨ ਅਕਾਲ ਪੁਰਖ ਤੇ ਤੋਂ ਬਿਨਾਂ ਹੋਰ ਕੋਈ ਸਹਾਇ ਨਹੀਂ ਹੋ ਸਕਦਾ, ਪੰਚਾਲੀ ਕੋ ਰਾਜ ਸਭਾ ਮੇ ਰਾਮ ਨਾਮ ਸ਼ੁੱਧ ਆਈ। ਫਿਰ ਭਗਵਾਨ ਆਇਆ, ਕਹਿਣ ਲੱਗੀ ਇੱਕ ਤੱਕਿਆ ਸਹਾਰਾ ਤੇਰੇ ਨਾਮ ਦਾ, ਹੋਰ ਸਾਈਆਂ ਸਾਹਿਬ ਢਾਈਆਂ ਢੇਰੀਆਂ। ਐ ਭਗਵਾਨ ਹੁਣ ਤੇ ਤੋਂ ਬਿਨਾਂ ਹੋਰ ਕੋਈ ਨਹੀਂ ਬਚਾ ਸਕਦਾ। ਫਿਰ ਆਏ ਅਕਾਲ ਪੁਰਖ, ਭਾਵੇਂ ਕਿਸੇ ਰੂਪ ਬਚਾਏ, ਫਿਰ ਦਰੋਪਤਾਂ ਦੀ ਪੱਤ ਬਚਾਈ। ਇਸੇ ਤਰੀਕੇ ਦੇ ਨਾਲ ਅੱਜ ਉਹ ਬ੍ਰਾਹਮਣ ਲੋਕ ਕਹਿੰਦੇ ਨੇ ਬਾਬਾ ਸਾਡਾ ਧਰਮ ਖਤਰੇ 'ਚ ਆ, ਸਾਡੇ ਧਰਮ ਦੀ ਰਾਖੀ ਕਰੋ। ਕਹਿੰਦਾ ਨਹੀਂ ਮੈਂ ਕਰ ਨਹੀਂ ਸਕਦਾ। ਕਹਿੰਦੇ ਫਿਰ ਅਸੀਂ ਤਾਂ ਮਰ ਜਾਵਾਂਗੇ, ਪਰ ਅਸੀਂ ਮੁਸਲਮਾਨ ਨਹੀਂ ਬਣਨਾ। ਮਨ 'ਚ ਕੀਤਾ ਸੀ, ਪਰਮੇਸ਼ਰ ਨੇ ਇੱਕ ਆਸਾ ਦੀ ਕਿਰਨ ਜਗਾਈ। ਬਾਬਾ ਜੀ ਕਹਿਣ ਲੱਗੇ, ਬਾਬਾ ਅਮਰਨਾਥ ਐ ਬ੍ਰਾਹਮਣ ਲੋਕੋ, ਤੁਹਾਡੇ ਧਰਮ ਦੀ ਰਾਖੀ ਕਰਨ ਵਾਲਾ ਇਸ ਧਰਤੀ ਉੱਤੇ ਪੈਦਾ ਹੋਇਆ ਹੈ। ਹੈ ਉਹ ਕਹਿੰਦੇ ਕੌਣ ਹੈ? ਕਹਿੰਦੇ ਮੱਖਵਾਲ ਦੀ ਧਰਤੀ ਉੱਤੇ ਗੁਰੂ ਤੇਗ ਬਹਾਦਰ ਮਹਾਰਾਜ, ਗੁਰੂ ਨਾਨਕ ਦੀ ਨੌਵੀਂ ਜੋਤ। ਗੁਰੂ ਤੇਗ ਬਹਾਦਰ ਮਹਾਰਾਜ ਤੁਹਾਡੇ ਧਰਮ ਦੀ ਰਾਖੀ ਕਰ ਸਕਦੇ ਨੇ, ਸਮਰੱਥ ਨੇ, ਸਕਸ਼ਮ ਨੇ। ਉਹ ਕਹਿਣ ਲੱਗੇ ਫਿਰ ਉਹਨਾਂ ਕੋਲ ਜਾਓ। ਉਹ ਕਹਿੰਦੇ ਮਹਾਂਪੁਰਸ਼ੋ, ਜੇ ਸਾਡੀ ਉਹਨਾਂ ਨੇ ਸੁਣੀਓ ਨਾ,
ਤੁਸੀਂ ਤਾਂ ਸੰਤ ਹੋ, ਤੁਹਾਨੂੰ ਤਾਂ ਤੁਹਾਡੀ ਤਾਂ ਮੰਨ ਲੈਣਗੇ ਉਹ ਕਹਿੰਦੇ ਪਿਆਰਿਓ ਉਹ ਤੁਹਾਡੀ ਵੀ ਸੁਣਨਗੇ। ਕਹਿੰਦੇ ਨਹੀਂ, ਨਾਲ ਚੱਲੋ। ਸੰਤ ਬਾਬਾ ਅਮਰਨਾਥ, ਪੰਡਿਤ ਕਿਰਪਾ ਰਾਮ, ਜਿਹੜੇ ਮਹਾਰਾਜ ਨੂੰ ਸੰਸਕ੍ਰਿਤ ਦੀ ਵਿੱਦਿਆ ਦਿੰਦੇ ਸਨ, ਉਹ ਉਹਨਾਂ ਦੀ ਅਗਵਾਈ ਦੇ ਵਿੱਚ ਇੱਕ ਜਥਾ ਕਿੱਥੇ ਆਇਆ? ਆਨੰਦਪੁਰ ਸਾਹਿਬ ਦੀ ਧਰਤੀ ਉੱਤੇ ਆਇਆ। ਕਿਉਂਕਿ ਗੁਰੂ ਤੇਗ ਬਹਾਦਰ ਮਹਾਰਾਜ ਨੇ ਭੀਮ ਚੰਦ ਕਹਿਲੂਰੀਆ ਦੀ ਰਿਆਸਤ ਦੇ ਵਿੱਚੋਂ ਇੱਕ ਮੈਖੇ ਦੈਂਤ ਦੀ ਲੜਕੀ ਤੋਂ ਇੱਕ 60 ਬਿੱਘੇ ਦਾ ਟੋਟਾ ਇੱਕ ਧਰਤੀ ਦਾ ਲੈ ਕੇ ਉਹਦੇ ਉੱਤੇ ਨਗਰ ਵਸਾਇਆ, ਨਾਨਕੀ ਚੱਕ, ਜਿਹਦਾ ਨਾਂ ਰੱਖਿਆ ਨਗਰ ਦਾ ਨਾਨਕੀ ਚੱਕ, ਆਪਣੀ ਮਾਂ ਮਾਤਾ ਦੇ ਨਾਂ 'ਤੇ, ਆਪਣੀ ਮਾਂ ਦੇ ਨਾਂ 'ਤੇ। ਫਿਰ ਇਸ ਧਰਤੀ ਨੂੰ ਮੈਖੇ ਦਾਂ ਅਤੇ ਲੜਕੀ ਤੋਂ ਲੈਣ ਕਰਕੇ ਮਖੋਆਲ ਦੇ ਨਾਮ ਵੀ ਵਿਸਰਦ ਹੋਇਆ। ਕਲਗੀਆਂ ਵਾਲੇ ਪਾਤਸ਼ਾਹ ਨੇ ਇਹਨੂੰ ਆਨੰਦਾਂ ਦੀ ਪੁਰੀ ਬਣਾ ਦਿੱਤਾ। ਗੁਰੂ ਦੇ ਪਿਆਰਿਓ, ਆਨੰਦਾਂ ਦੀ ਪੁਰੀ, ਆਨੰਦਾਂ ਦੀ ਪੁਰੀ ਬਣਾ ਦਿੱਤਾ। ਇਹ ਕਲਗੀਆਂ ਵਾਲੇ ਪਾਤਸ਼ਾਹ ਉਸ ਟਾਈਮ ਮਹਾਰਾਜ ਦੇ ਕੋਲ ਬੈਠੇ ਨੇ, ਦੀਵਾਨ ਸਜਿਆ ਹੋਇਆ ਹੈ, ਦੀਵਾਨ ਸਜਿਆ ਹੋਇਆ। ਕਸ਼ਮੀਰੀ ਪੰਡਿਤ ਕਿੱਥੇ ਆ ਗਏ ਨੇ? ਆਨੰਦਪੁਰ ਸਾਹਿਬ ਦੀ ਧਰਤੀ ਉੱਤੇ ਆ ਗਏ ਨੇ, ਮਖੋਆਲ ਦੀ ਧਰਤੀ ਉੱਤੇ ਆ ਗਏ ਨੇ। ਦੀਵਾਨ ਦੀ ਸਮਾਪਤੀ ਹੋਈ ਆ, ਤਾਹਾਂ ਮਾਰ ਮਾਰ ਕੇ ਬਰਲਾਪ ਕਰ ਕਰ ਕੇ ਰੋ ਰਹੇ ਨੇ। ਇਹ ਪਾਤਸ਼ਾਹ ਕਿਰਪਾ ਕਰੋ, ਕਿਰਪਾ ਕਰੋ, ਦੀਨ ਕੇ ਦਾਤੇ ਮੇਰਾ ਅਗੋਂ ਵਿਚਾਰੋ ਕੋਈ, ਮਾਟੀ ਕਿਆ ਕਿਆ ਧੋਪੇ ਸਵਾਮੀ, ਮਾਨਸ ਕੀ ਗਤ ਇਹਦੇ ਮਾਂ ਬਾਪ, ਕਿਰਪਾ ਕਰੋ ਸਾਡੇ ਯੋਗਾਂ ਵੱਲ ਨਾ ਦੇਖਿਓ ਮੁੜ ਕੇ, ਕਿਰਪਾ ਕਰੋ, ਸਾਡਾ ਧਰਮ ਖਤਰੇ ਵਿੱਚ ਹੈ। ਕਲਗੀ ਵਾਲੇ ਪਾਤਸ਼ਾਹ ਨੂੰ ਚੋਜੀ ਪ੍ਰੀਤਮ ਤਾਂ ਹੀ ਕਿਹਾ, ਐਵੇਂ ਨਹੀਂ ਕਿਹਾ ਚੋਜੀ ਪ੍ਰੀਤਮ। ਕਲਗੀਆਂ ਵਾਲੇ ਪਾਤਸ਼ਾਹ, ਉਹ ਕਲਗੀਆਂ ਵਾਲੇ ਪਾਤਸ਼ਾਹ ਕੋਲ ਬੈਠੇ ਨੇ ਬਾਲਾ ਪ੍ਰੀਤਮ ਗੋਬਿੰਦ ਰਾਏ ਮਹਾਰਾਜ। ਹੁਣ ਆਪਣੇ ਪਿਤਾ ਨੂੰ ਪੁੱਛਦੇ ਨੇ, ਗੁਰ ਪਿਤਾ ਜੀ ਇਹ ਕੌਣ ਲੋਕ ਨੇ ਜਿਹੜੇ ਇੰਨੇ ਬਿਰਲਾਪ ਕਰ ਰਹੇ ਨੇ, ਇਹਨਾਂ ਦਾ ਸੀਨਾ ਦਰਦਾਂ ਨਾਲ ਬਿੰਨਿਆ ਪਿਆ ਹੈ? ਉਹ ਕਹਿੰਦੇ ਮਹਾਰਾਜ ਬੜੇ ਸਾਦਗੀ ਨਾਲ ਬੋਲੇ, ਮੇਰੇ ਲਾਲ, ਮੇਰੇ ਲਗਤੇ ਜਿਗਰ, ਪਿਆਰ ਕੀਤਾ ਛਾਤੀ ਨਾਲ ਲਾ ਕੇ ਕਹਿਣ ਲੱਗੇ ਕਸ਼ਮੀਰੀ ਪੰਡਿਤ ਨੇ, ਮਹਾਰਾਜ ਇਹ ਇੰਨਾ ਰੋ ਕਿਉਂ ਰਹੇ ਨੇ? ਨਾਲੇ ਮਹਾਰਾਜ ਜਾਣਦੇ ਨੇ ਮੇਰੇ ਬਾਲਾ ਪ੍ਰੀਤਮ ਗੋਬਿੰਦ ਰਾਏ, ਕਹਿੰਦੇ ਇੰਨਾ ਰੋ ਕਿਉਂ ਰਹੇ ਨੇ ਇਹ? ਉਹ ਕਹਿੰਦੇ ਇਹਨਾਂ ਦਾ ਧਰਮ ਖਤਰੇ ਵਿੱਚ ਹੈ, ਇਹਨਾਂ ਦਾ ਧਰਮ ਖਤਰੇ ਵਿੱਚ ਹੈ। ਕਹਿੰਦੇ ਮਹਾਰਾਜ ਇਹ ਗੁਰੂ ਨਾਨਕ ਦਾ ਘਰ ਹੈ, ਇਹ ਸ਼ਰਧਾ ਲੈ ਕੇ ਆਏ ਨੇ, ਇਹ ਸਵਾਲੀ ਬਣ ਕੇ ਆਏ ਨੇ। ਗੁਰੂ ਨਾਨਕ ਦੇ ਘਰ ਦੀ ਸਿਫਤ ਹੈ ਬਈ ਸਵਾਲੀ ਬਣ ਕੇ ਕੋਈ ਵੀ ਆਵੇ ਉਹ ਖਾਲੀ ਨਹੀਂ ਮੁੜਦਾ, ਸਵਾਲੀ ਬਣ ਕੇ। ਇਹਨਾਂ ਦਾ ਵੀ ਹੱਲ ਕਰੋ ਕੋਈ, ਮਹਾਰਾਜ ਕਹਿੰਦੇ ਇਹਨਾਂ ਦਾ ਵੀ ਹੱਲ ਹੋ ਜਾਵੇਗਾ। ਮਹਾਰਾਜ ਇੱਕ ਨਹੀਂ, ਕਿਵੇਂ ਹੱਲ ਹੋਵੇਗਾ? ਨੌਵੇਂ ਗੁਰੂ ਨਾਨਕ ਕਹਿੰਦੇ ਮੇਰੇ ਲਾਲ, ਕੋਈ ਉੱਚੀ ਆਤਮਾ ਵਾਲਾ ਹੋਵੇ, ਕੋਈ ਸੁੱਚੀ ਆਤਮਾ ਵਾਲਾ ਹੋਵੇ, ਕੋਈ ਗੁਰੂ ਹੋਵੇ, ਕੋਈ ਅਵਤਾਰ ਹੋਵੇ, ਕੋਈ ਔਲੀਆ ਹੋਵੇ, ਕੋਈ ਪੈਗੰਬਰ ਹੋਵੇ, ਕੋਈ ਸਾਲਕ ਹੋਵੇ, ਕੋਈ ਸਾਧਕ ਹੋਵੇ, ਕੋਈ ਤਲਵਾਰ ਦਾ ਧਨੀ ਹੋਵੇ, ਕੋਈ ਮਹਾਨ ਤਪੱਸੀ ਹੋਵੇ। ਉਹ ਦਿੱਲੀ ਜਾ ਕੇ ਔਰੰਗਜ਼ੇਬ ਬਾਦਸ਼ਾਹ ਦੀ ਕਚਹਿਰੀ 'ਚ ਆਪਣਾ ਸੀਸ ਦਾ ਬਲੀਦਾਨ ਦੇਵੇ, ਇਹਨਾਂ ਦਾ ਧਰਮ ਤਾਂ ਬਚ ਸਕਦਾ ਹੈ। ਮਹਾਰਾਜ ਫਿਰ ਮੇਰੇ ਬਾਲਾ ਪ੍ਰੀਤਮ ਬੋਲੇ, ਕਹਿਣ ਲੱਗੇ ਮਹਾਰਾਜ ਇੰਨੇ ਸੰਗਤ ਬੈਠੀ ਹੈ, ਇੰਨੀ ਦੁਨੀਆ ਬੈਠੀ ਹੈ, ਦੇਖੋ ਕੋਈ ਐਸਾ ਹੈ ਜਿਹੜਾ ਜਿਹਦੇ ਸੀਸ ਬਲੀਦਾਨ ਦੇਣ ਦੇ ਨਾਲ ਇਹਨਾਂ ਦਾ ਧਰਮ ਬਚ ਸਕੇ? ਮਹਾਰਾਜ ਕਹਿੰਦੇ ਇਹਨਾਂ 'ਚ ਐਸਾ ਕੋਈ ਨਹੀਂ ਹੈਗਾ। ਤਾਂ ਗੁਰੂ ਦੇ ਪਿਆਰਿਓ, ਬਈ ਪੰਡਿਤ ਰੋ ਰੋ ਬਰਲਾਪ ਕਰਦੇ ਨੇ, ਤਾਹਾਂ ਮਾਰਦੇ ਨੇ, ਕਿਵੇਂ ਮਾਰਦੇ ਨੇ? ਉਹ
ਉਸ ਸਮੇਂ ਦਾ ਵਰਣਨ ਮੇਰੇ ਢਾਡੀ ਸਾਥੀ ਇਉਂ ਕਹਿਣ ਜਾ ਰਹੇ ਨੇ ਬਈ ਪੰਡਿਤ ਕਸ਼ਮੀਰ ਦੇ ਹੋ ਤੁਕੀ ਪੰਡਿਤ ਕਸ਼ਮੀਰ ਦੇ ਜਦ ਹੋਏ ਪਹੁੰਚਲਾ ਚਾਰੇ ਹੋਤਾ ਪਹੁੰਚੇ ਅਨੰਦਪੁਰ ਆਣ ਕੇ ਲੱਗਣਾ ਹੋਇਆ ਦਰਬਾਰ ਆ ਕੇ ਨਮਸਕਾਰੀ ਸੀ ਪੰਡਿਤਾਂ ਵਿੱਚ ਡਾਰ ਬੋਲੇ ਨੇਤਰ ਭਰ ਕੇ ਨੀਰ ਦੇ ਜ਼ੁਲਮ ਦੀ
ਔਰੰਗਜ਼ੇਬ ਤੇ ਜ਼ੁਲਮ ਦੀ ਹੈ ਚੱਲ ਰਹੀ ਤਲਵਾਰ ਉਹਨੇ ਸੂਬੇ ਸਾਰੇ ਸੱਦ ਕੇ
ਧਰਮ ਬਚਾ ਲੋ ਪਾਤਸ਼ਾਹ ਤੈਂ ਦਰ ਕਰੀ ਪੁਕਾਰ ਸਾਨੂੰ ਤੇਰੇ ਬਾਜੋ ਸ਼ਾਦ ਜੀ ਦਿਸਦੀ ਨਾ ਸਰਕਾਰ ਸੱਚੀ ਦਿਸਦੀ ਸਰਕਾਰ ਦੁਖੀ ਪੰਡਿਤ ਕਸ਼ਮੀਰ ਦੇ ਜਦ ਹੋਏ ਬਹੁਤ ਲਾਚਾਰ ਉਹ ਪਹੁੰਚੇ ਆਨੰਦਪੁਰ ਆਣ ਕੇ ਸੀ ਲੱਗਾ ਹੋਇਆ ਦਰਬਾਰ ਸੁੰਘਦੇ ਗੱਦੀ ਉੱਤੇ ਪਾਤਸ਼ਾਹ ਗੁਰੂ ਨਾਨਕ ਦੀ ਨੌਵੀਂ ਜੋਤ ਗੱਦੀ ਉੱਤੇ ਬੈਠੇ ਹੋਏ ਨੇ ਸੋਂਦੇ ਗੱਦੀ ਉੱਤੇ ਪਾਤਸ਼ਾਹ ਸੀ ਨੌਵੇਂ ਗੁਰ ਅਵਤਾਰ ਬੋਲੇ ਨੇਤਰ ਭਰ ਕੇ ਨੀਰ ਦੇ ਨਾਲੇ ਰੋਏ ਯਾਰੋ ਯਾਰ ਬੋਲੇ ਨੇਤਰ ਭਰ ਕੇ ਨੀਰ ਦੇ ਨਾਲੇ ਰੋਏ ਯਾਰੋ ਯਾਰ ਕਹਿੰਦੇ ਔਰੰਗੇ ਦੇ ਜ਼ੁਲਮ ਦੀ ਸਿਰ ਚੱਲ ਰਹੀ ਤਲਵਾਰ ਇਹ ਤਰੀਕੇ ਦੇ ਨਾਲ ਗੁਰੂ ਦੇ ਪਿਆਰਿਓ ਹੁਣ ਔਰੰਗਜ਼ੇਬ ਬਾਦਸ਼ਾਹ ਦੀ ਸਾਰੀ ਕਰਤੂਤ ਗੁਰੂ ਨਾਨਕ ਦੇ ਚਰਨਾਂ 'ਚ ਖੜ ਕੇ ਖਲੋ ਕੇ ਦੱਸਣ ਲੱਗੇ ਨੇ ਇਹ ਤਰੀਕੇ ਦੇ ਨਾਲ ਕਲੰਗੀ ਵਾਲੇ ਪਾਤਸ਼ਾਹ ਕੋਲ ਬੈਠੇ ਨੇ ਪੁੱਛਣ ਲੱਗੇ ਮਹਾਰਾਜ ਇਹਨਾਂ ਦਾ ਕਰੋ ਹੱਲ ਕੋਈ ਇਹ ਬੜੇ ਦਰਦਾਂ ਨਾਲ ਬਿੰਨਿਆ ਪਿਆ ਸੀ ਇਹਨਾਂ ਦਾ ਕੀ ਕਹਿੰਦੇ ਨੇ ਕਹਿੰਦੇ ਸੁਣ ਕੇ ਆ ਬੇਲਾਸ ਉਸ ਟਾਈਮ ਸੁਣ ਕੇ ਆਕਾ ਵਿਸ਼ੇਸ਼ ਜਿਹੜੀ ਗੱਲ ਸੀਗੀ ਦਸ਼ਮੇਸ਼ ਬੋਲਦੇ ਹੁਕਮ ਅਕਾਲ ਦਾ ਖੁਲਾਸੇ ਖੋਲਦੇ ਕਹਿੰਦੇ ਮੰਗਤੇ ਦੀ ਖੈਰ ਝੋਲੀ ਪਾਓ ਪਿਤਾ ਜੀ ਹਿੰਦੂਆਂ ਦਾ ਧਰਮ ਬਚਾਓ ਪਿਤਾ ਜੀ ਗੁਰੂ ਦੇ ਪਿਆਰਿਓ ਮਹਾਰਾਜ ਕੀ ਕਹਿੰਦੇ ਨੇ ਕਹਿੰਦੇ ਪੜ੍ਹ ਕੇ ਤਾਂ ਦੇਖੋ ਦੁਖੀਆਂ ਦਾ ਹਿਰਦਾ ਪੜ੍ਹ ਕੇ ਤਾਂ ਦੇਖੋ ਦੁਖੀਆਂ ਦਾ ਹਿਰਦਾ ਜ਼ੁਲਮ ਕਲਹਿਣਾ ਬੇਸ਼ੁਮਾਰ ਫਿਰਦਾ ਆ ਗਿਆ ਵਕਤ ਨੱਥ ਪਾਓ ਪਿਤਾ ਜੀ ਹਿੰਦੂਆਂ ਦਾ ਧਰਮ ਬਚਾਓ ਪਿਤਾ ਜੀ ਕਹਿੰਦੇ ਹਿੰਦੂਆਂ 'ਤੇ ਜ਼ੁਲਮ ਗੁਜ਼ਾਰੀ ਜਾਂਦੇ ਨੇ ਹਿੰਦੂਆਂ 'ਤੇ ਜ਼ੁਲਮ ਗੁਜ਼ਾਰੀ ਜਾਂਦੇ ਨੇ ਫੜ ਕੇ ਵਿਦੋਸ਼ੀਆਂ ਨੂੰ ਮਾਰੀ ਜਾਂਦੇ ਨੇ ਜੜ ਪੈੜੇ ਰਾਜ ਦੀ ਮਟਾਓ ਪਿਤਾ ਜੀ ਹਿੰਦੂਆਂ ਦਾ ਧਰਮ ਬਚਾਓ ਪਿਤਾ ਜੀ ਇਹ ਤਰੀਕੇ ਦੇ ਨਾਲ ਮਹਾਰਾਜ ਨੇ ਮੇਰੇ ਬਾਲਾ ਪ੍ਰੀਤਮ ਗੋਬਿੰਦ ਰਾਏ ਮਹਾਰਾਜ ਨੇ ਕਹਿਣਾ ਕੀਤਾ ਤਾਂ ਮਹਾਰਾਜ ਕਹਿੰਦੇ ਕਲਮ ਦਵਾਤ ਲੈ ਕੇ ਆਓ ਗੁਰੂ ਤੇਗ ਬਹਾਦਰ ਮਹਾਰਾਜ ਨੇ ਪਤਾ ਲੱਗ ਗਿਆ ਕਿਉਂਕਿ ਗੁਰੂ ਗੋਬਿੰਦ ਸਿੰਘ ਆਮ ਬੱਚਾ ਨਹੀਂ ਸੀ ਕੋਈ ਆਮ ਬਾਲਕ ਨਹੀਂ ਸੀ ਹੈਗਾ ਗੁਰੂ ਤੇਗ ਬਹਾਦਰ ਮਹਾਰਾਜ ਦੀ ਜਦੋਂ ਸ਼ਾਦੀ ਹੋਈ ਆ ਮਾਤਾ ਗੁਜਰ ਕੌਰ ਸਾਹਿਬ ਦੇ ਨਾਲ ਮਹਾਰਾਜ ਦਾ ਗੁਰੂ ਮਹਾਰਾਜ ਦਾ ਮਾਤਾ ਗੁਜਰ ਕੌਰ ਸਾਹਿਬ ਦੇ ਨਾਲ ਮਿਲਾਪ ਨਹੀਂ ਹੋਇਆ ਸ਼ਾਦੀ ਤੋਂ ਬਾਅਦ ਮਹਾਰਾਜ ਭੋਰੇ ਵਿੱਚ ਵੜ ਗਏ ਸਨ ਭੋਰੇ 'ਚ ਵੜਨ ਤੋਂ ਬਾਅਦ 26 ਸਾਲ 11 ਮਹੀਨੇ 9 ਦਿਨ ਮਹਾਰਾਜ ਨੇ ਭੋਰੇ 'ਚ ਇਬਾਦਤ ਕੀਤੀ ਬੰਦਗੀ ਕੀਤੀ ਸਿਮਰਨ ਕੀਤਾ 26 ਸਾਲ 11 ਮਹੀਨੇ 9 ਦਿਨ 26 ਸਾਲ 11 ਮਹੀਨੇ 9 ਦਿਨ ਮਾਤਾ ਗੁਜਰ ਕੌਰ ਸਾਹਿਬ ਨੇ ਸਾਹਮਣੇ ਬੈਠ ਕੇ ਪਹਿਰਾ ਦਿੱਤਾ ਗੁਰੂ ਦੇ ਪਿਆਰਿਓ 52-53-54 ਸਾਲ ਦੀ ਇਬਾਦਤ ਦਾ ਸਫਲ ਫਲ
ਗੁਰੂ ਗੋਬਿੰਦ ਰਾਏ ਮਹਾਰਾਜ ਮਾਤਾ ਗੁਜਰ ਕੌਰ ਸਾਹਿਬ ਦੀ ਝੋਲੀ ਵਿੱਚ ਆਏ, ਕੁੱਖ ਵਿੱਚ ਆਏ ਗੁਰੂ ਦੇ ਪਿਆਰਿਓ। ਫਿਰ ਇੰਨੀ ਸਿਮਰਨ ਦਾ ਜਿਹੜਾ ਫਲ ਸੀ ਉਹ ਅੰਮ੍ਰਿਤ ਦੀ ਅਕਾਲ ਪੁਰਖ ਦਾ ਨੂਰ ਆਇਆ, ਕਿਉਂਕਿ ਜਦੋਂ ਅਕਾਲ ਪੁਰਖ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਦੁਸ਼ਟ ਦੂਮ ਦੇ ਅੰਦਰ ਰੂਪ ਦੇ ਅੰਦਰ ਜਦੋਂ ਹੇਮਕੁੰਡ ਦੀ ਧਰਤੀ ਦੇ ਉੱਤੇ ਤਪ ਕਰ ਆਏ ਸਨ, ਉਸ ਟਾਈਮ ਹੁਕਮ ਕੀਤਾ ਤੈਨੂੰ ਮਾਤ ਲੋਕ ਜਾਣਾ ਪਵੇਗਾ। ਉਸ ਟਾਈਮ ਮਹਾਰਾਜ ਨੇ ਕਿਹਾ ਸੀ ਮੈਂ ਮਾਤ ਲੋਕ 'ਚ ਜਾਣਾ ਨਹੀਂ, ਤਿੰਨ ਵਾਰੀ ਜਵਾਬ ਦਿੱਤਾ ਮਹਾਰਾਜ। ਅਕਾਲ ਪੁਰਖ ਕਹਿੰਦੇ ਤੇਰੇ ਤੋਂ ਬਿਨਾਂ ਹੱਲ ਨਹੀਂ, ਕੋਈ ਧਰਤੀ ਦੇ ਪਾਰ ਤਾਰੇ ਕਰਨੇ ਨੇ, ਭਾਰ ਘੱਟ ਕਰਨਾ। ਉੱਥੇ ਕਿਹਾ ਸੀ ਇੱਕ ਸੁਣ ਸਿੰਘ ਜੀ ਸੀਤਲ ਮੇਰੇ ਸ਼੍ਰੋਮਣੀ ਢਾਡੀ ਕਹਿੰਦੇ ਨੇ, ਇੱਕ ਰਚਨਾ ਲਿਖਦੇ ਨੇ, ਕਹਿੰਦੇ ਤਪੀ ਕਿਹਾ ਤੇ ਜੋੜ ਕੇ ਮੈਂ ਸੀਸ ਨਵਾਵਾਂ, ਮਨ ਆਪਦੀ ਆਗਿਆ ਜਗ ਅੰਦਰ ਜਾਵਾਂ, ਖਲਕਤ ਤੇਰੀ ਜਾਣ ਕੇ ਮੈਂ ਸੇਵਕ ਵਾਵਾਂ, ਇੱਕੋ ਨਾਮ ਅਕਾਲ ਦਾ ਨਿਤ ਜਪਾਂ ਜਪਾਵਾਂ, ਐ ਪਰ ਮੇਰੇ ਦਾਤਿਆ ਇੱਕ ਵਰ ਵੀ ਚਾਹਵਾਂ, ਐ ਪਰ ਮੇਰੇ ਦਾਤਿਆ ਇੱਕ ਵਰ ਵੀ ਚਾਹਵਾਂ। ਉਹ ਵਰ ਕਿਹੜਾ ਮੰਗਿਆ? ਅੰਗ ਸੰਗ ਕਰੋ ਸਹਾਇਤਾ ਮੈਂ ਜਦੋਂ ਬੁਲਾਵਾਂ। ਮਹਾਰਾਜ ਕਹਿਣ ਲੱਗੇ ਮੈਂ ਮਾਤ ਲੋਕ 'ਚ ਤਾਂ ਜਾਵਾਂਗਾ, ਅਕਾਲ ਪੁਰਖ ਜੇ ਜਦੋਂ ਮੈਂ ਬੁਲਾਵਾਂ ਉਦੋਂ ਹੀ ਆਉਣਾ ਪਵੇਗਾ। ਅਕਾਲ ਪੁਰਖ ਮੋੜ ਜਵਾਬ ਦਿੱਤਾ। ਅਕਾਲ ਪੁਰਖ ਨੇ ਕੀ ਜਵਾਬ ਦਿੱਤਾ? ਮੈਂ ਆਪਣਾ ਸੁੱਤ ਤੋਹੇ ਨਵਾਜਿਆ ਹੈ, ਮੈਂ ਤੈਨੂੰ ਇਹ ਦੁਸ਼ਟ ਦਮਨ ਆਪਣਾ ਰੂਪ ਦੇ ਦਿੱਤਾ। ਅਕਾਲ ਪੁਰਖ ਦਾ ਰੂਪ ਸੀਗੇ ਕਲਗੀ ਵਾਲੇ ਪਾਤਸ਼ਾਹ, ਮੈਂ ਤੈਨੂੰ ਆਪਣਾ ਰੂਪ ਦੇ ਦਿੱਤਾ। ਹੁਣ ਕਲਗੀ ਵਾਲੇ ਪਾਤਸ਼ਾਹ ਅਕਾਲ ਪੁਰਖ ਦਾ ਰੂਪ, ਇੰਨੀ ਭਗਤੀ ਦਾ ਸਫਲ ਫਲ ਕੋਲ ਬੈਠੇ ਨੇ। ਕਹਿੰਦੇ ਇੱਥੇ ਮਹਾਰਾਜ ਕਹਿੰਦੇ ਇੱਥੇ ਤਾਂ ਐਸਾ ਕੋਈ ਨਹੀਂ ਹੈਗਾ ਜਿਹਦਾ ਸੀਸ ਬਲੀਦਾਨ ਦੇਣ ਦੇ ਨਾਲ ਇਹਨਾਂ ਦਾ ਧਰਮ ਵੱਸ ਸਕਦਾ ਹੋਵੇ। ਹੁਣ ਚੋਜ ਕਰਦੇ ਨੇ ਉੱਥੇ, ਕੀ ਕਹਿੰਦੇ ਨੇ? ਉਹ ਕਹਿੰਦੇ ਨੇ ਮਹਾਰਾਜ ਐਂ ਕਰੋ ਮੈਨੂੰ ਆਗਿਆ ਦੇਵੋ ਜੇ ਮੈਂ ਦੇਖ ਲਵਾਂ। ਗੁਰੂ ਤੇਗ ਬਹਾਦਰ ਮਹਾਰਾਜ ਜਾਣਦੇ ਨੇ ਵੀ ਕੀ ਕਰਨ ਵਾਲਾ ਮੇਰਾ ਲਾਲ, ਇਹ ਅਗੰਮੀ ਜੋਤ ਆ, ਕੋਈ ਆਮ ਬਾਲਕ ਨਹੀਂ ਹੈਗਾ। ਜਿਵੇਂ ਗੁਰੂ ਨਾਨਕ ਨੂੰ ਕੇਵਲ ਤੇ ਕੇਵਲ ਬੇਬੇ ਨਾਨਕ ਹੀ ਪਛਾਣਦੀ ਸੀ, ਹੋਰ ਨਹੀਂ ਸੀ ਕੋਈ ਪਛਾਣਦਾ। ਪਿਤਾ ਕਾਲੂ ਨੇ ਨਹੀਂ ਪਛਾਣਿਆ, ਮਾਤਾ ਤ੍ਰਿਪਤਾ ਨੇ ਨਹੀਂ ਪਛਾਣਿਆ, ਭੈਣ ਪਛਾਣਦੀ ਤੀ, ਬੇਬੇ ਨਾਨਕ ਹੀ ਪਛਾਣਦੀ ਤੀ ਵੀ ਇਹ ਅਕਾਲ ਪੁਰਖ ਨੇ, ਕੋਈ ਆਮ ਬਾਲਕ ਨਹੀਂ ਹੈਗਾ। ਇਸੇ ਤਰੀਕੇ ਦੇ ਨਾਲ ਗੁਰੂ ਤੇਗ ਬਹਾਦਰ ਮਹਾਰਾਜ ਪਛਾਣਦੇ ਸਨ ਕੋਈ ਆਮ ਬਾਲਕ ਨਹੀਂ ਹੈਗਾ, ਇਹ ਅਕਾਲ ਪੁਰਖ ਹੈ। ਇਹ ਰਿੱਧੀਆਂ ਸਿੱਧੀਆਂ ਦੁਸ਼ਟਾਂ ਨੂੰ ਮਾਰਨ ਵਾਸਤੇ ਇਹਨਾਂ ਨੇ ਜਨਮ ਧਾਰਨ ਕੀਤਾ ਹੈ, ਅਕਾਲ ਪੁਰਖ ਔਰੰਗਜ਼ੇਬ ਬਾਦਸ਼ਾਹ ਨੂੰ ਮਾਰਨ ਵਾਸਤੇ, ਦੁਸ਼ਟਾਂ ਨੂੰ ਮਾਰਨ ਵਾਸਤੇ ਦੁਸ਼ਟ ਦਮਨ ਦੇ ਰੂਪ ਦੇ ਅੰਦਰ ਆਏ ਨੇ। ਇਸ ਤਰੀਕੇ ਦੇ ਨਾਲ ਕਹਿੰਦੇ ਜੇ ਮੈਂ ਦੇਖ ਲਵਾਂ, ਕਹਿੰਦੇ ਤੁਸੀਂ ਦੇਖ ਲਓ। ਹੁਣ ਮੇਰੇ ਬਾਲਾ ਪ੍ਰੀਤਮ ਚਾਰੇ ਪਾਸੇ ਘੁੰਮ ਗਏ, ਘੁੰਮ ਕੇ ਆਪਣੇ ਪਿਤਾ ਵੱਲ ਮੂੰਹ ਕਰ ਲਿਆ, ਗੁਰੂ ਤੇਗ ਬਹਾਦਰ ਮਹਾਰਾਜ ਦੀ ਦਸਤਾਰ ਨੂੰ ਹੱਥ ਲਾ ਦਿੱਤਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਗੁਰੂ ਤੇਗ ਬਹਾਦਰ ਮਹਾਰਾਜ ਦੀ ਦਸਤਾਰ ਨੂੰ ਹੱਥ ਲਾ ਦਿੱਤਾ। ਜਦੋਂ ਦਸਤਾਰ ਨੂੰ ਹੱਥ ਲਾ ਦਿੱਤਾ, ਕਹਿੰਦੇ ਮਹਾਰਾਜ ਗੁਰੂ ਵੀ ਹੋ ਪਿਤਾ ਵੀ ਹੋ, ਤੁਹਾਡੇ ਨਾਲ ਵੱਡਾ ਯੋਧਾ ਕੌਣ ਹੋ ਸਕਦਾ? ਕਿਉਂਕਿ ਬਾਬਾ ਬਿਧੀ ਚੰਦ ਉਹਨਾਂ ਨੇ ਰਲ ਕੇ ਗੁਰੂ ਤੇਗ ਬਹਾਦਰ ਮਹਾਰਾਜ ਜਿਹਦਾ ਨਾਂ ਸੀ ਤਿਆਗ ਮੱਲ, ਲੜਾਈਆਂ ਕੀਤੀਆਂ, ਜੰਗਾਂ ਯੁੱਧਾਂ 'ਚ ਗਏ, ਐਸੀ ਤੇਗ ਚਲਾਈ ਮਹਾਰਾਜ ਨੇ, ਉਹਨਾਂ ਦੇ ਪਿਤਾ ਨੇ ਖੁਸ਼ ਹੋ ਕੇ ਉਹਨਾਂ ਦਾ ਨਾਂ ਤਿਆਗ ਮੱਲ ਤੋਂ ਤੇਗ ਬਹਾਦਰ ਰੱਖ ਦਿੱਤਾ। ਤਿਆਗ ਮੱਲ ਨਹੀਂ, ਤੂੰ ਤਾਂ ਮੇਰੇ ਲਾਲ ਤੇਗ ਬਹਾਦਰ ਹੈ। ਗੁਰੂ ਦੇ ਪਿਆਰਿਓ, ਤੇਗ ਬਹਾਦਰ ਹਿੰਦ ਦੀ
ਚਾਦਰ। ਗੁਰੂ ਦੇ ਪਿਆਰਿਓ, ਹੁਣ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਪਤਾ ਸੀ ਮੇਰਾ ਲਾਲ ਕੀ ਕਰਨ ਵਾਲਾ ਹੈ, ਮੇਰਾ ਇਹ ਅਕਾਲ ਪੁਰਖ ਦਾ ਜਿਹੜਾ ਹੁਕਮ ਵਜਾਉਣ ਵਾਸਤੇ ਆਇਆ। ਉਹ ਕਹਿਣ ਲੱਗਿਆ, ਮਹਾਰਾਜ ਕਹਿੰਦੇ ਨੇ ਸੱਚੇ ਪਾਤਸ਼ਾਹ ਤੁਹਾਡੇ ਨਾਲ ਵੱਡਾ ਯੋਧਾ, ਤੁਹਾਡੇ ਨਾਲ ਵੱਡਾ ਤਪੱਸ਼ੀ, ਤੁਹਾਡੇ ਨਾਲ ਵੱਡਾ ਸੰਤ ਮਹਾਂਪੁਰਸ਼ਾ, ਤੁਹਾਡੇ ਨਾਲ ਵੱਡਾ ਔਲੀਆ ਪੈਗੰਬਰ ਪੀਰ ਅਵਤਾਰ, ਤੁਹਾਡੇ ਨਾਲ ਵੱਡਾ ਗੁਰੂ ਹੋਰ ਕੌਣ ਹੋ ਸਕਦਾ, ਤੁਹਾਡੇ ਨਾਲ ਵੱਡੀ ਸੁੱਚੀ ਅਤੇ ਉੱਚੀ ਆਤਮਾ ਕਿਹਦੀ ਹੋ ਸਕਦੀ ਹੈ, ਤੁਸੀਂ ਉਹ ਮੈਦਾਨ ਵਿੱਚ ਆਓ। ਸੁਣ ਕੇ ਪਿਤਾ ਤੋਂ ਦੁਸ਼ਮੇਸ਼ ਬੋਲਦੇ, ਸੁਣ ਕੇ ਪਿਤਾ ਤੋਂ, ਇੱਥੇ ਕਵੀ ਲਿਖਦਾ ਹੈ, ਸੁਣ ਕੇ ਪਿਤਾ ਤੋਂ ਦੁਸ਼ਮੇਸ਼ ਬੋਲਦੇ, ਹੁਕਮ ਅਕਾਲ ਦਾ ਖੁਲਾਸੇ ਖੋਲਦੇ, ਮੰਗਤੇ ਦੀ ਖੈਰ ਝੋਲੀ ਪਾਓ ਪਿਤਾ ਜੀ, ਹਿੰਦੂਆਂ ਦਾ ਧਰਮ ਬਚਾਓ ਪਿਤਾ ਜੀ, ਪਿਤਾ ਜੀ ਤੁਸੀਂ ਉਹ ਆਓ ਕਿ ਇਹ ਤੁਹਾਨੂੰ ਹੀ ਕਰਨਾ ਪਵੇਗਾ। ਆਪਣੇ ਇੱਕ ਬੱਚਾ ਹੈ, ਜੇ ਉਹਦਾ ਪਿਤਾ ਲੇਟ ਹੋ ਜਾਵੇ, ਰਾਤ ਨੂੰ ਹਨੇਰਾ ਹੋ ਜਾਵੇ, ਮਾਂ ਨੂੰ 10 ਵਾਰੀ ਪੁੱਛਦਾ, ਉਹਨੂੰ ਨੀਂਦ ਨਹੀਂ ਆਉਂਦੀ, ਡੈਡੀ ਕਿਉਂ ਨਹੀਂ ਆਏ, ਪਿਤਾ ਜੀ ਕਿਉਂ ਨਹੀਂ ਆਏ, ਪਾਪਾ ਜੀ ਕਿਉਂ ਨਹੀਂ ਆਏ, ਪਰ ਇੱਥੇ ਪਤਾ ਨਹੀਂ ਕਲੀਆਂ ਵਾਲੇ ਪਾਤਸ਼ਾਹ ਨੂੰ, ਮੇਰੇ ਚੋਜੀ ਪ੍ਰੀਤਮ ਬਾਲਾ ਪ੍ਰੀਤਮ ਗੁਰੂ ਹਰਗੋਬਿੰਦ ਰਾਏ ਮਹਾਰਾਜ ਨੂੰ, ਮਾਫ ਕਰਨਾ ਗੁਰੂ ਗੋਬਿੰਦ ਰਾਏ ਮਹਾਰਾਜ ਨੂੰ ਪਤਾ ਸੀ ਵੀ ਜੇ ਮੇਰੇ ਪਿਤਾ ਜੀ ਜਾਣਗੇ ਤਾਂ ਵਾਪਸ ਨਹੀਂ ਆਉਣਾ, ਧੰਨ ਜਿਹੜਾ ਕਲੀਆਂ ਵਾਲਿਆ ਤੇਰਾ, ਧੰਨ ਜਿਹੜਾ ਕਲੀਆਂ ਵਾਲਿਆ ਤੇਰਾ, ਤੇਰਾ ਕੋਈ ਅੰਤ ਨਹੀਂ। ਇਹ ਤਰੀਕੇ ਦੇ ਨਾਲ ਗੁਰੂ ਤੇਗ ਬਹਾਦਰ ਮਹਾਰਾਜ ਨੇ ਇੱਕ ਕੋਰਾ ਕਾਗਜ਼ ਮੰਗਾਇਆ, ਇੱਕ ਕਲਮ ਦਬਾਤ ਮੰਗਾਈ, ਉਹਦੇ ਹਿੱਕ ਦੇ ਉੱਤੇ ਕੁਝ ਅੱਖਰ ਲਿਖੇ, ਐ ਔਰੰਗਜ਼ੇਬ ਪਾਪੀਆ, ਜਿਹੜਾ ਰਾਜਾ ਹੁੰਦਾ ਉਹ ਪਰਜਾ ਦਾ ਪਿਤਾ ਹੁੰਦਾ ਹੈ, ਪਰਜਾ ਦਾ ਪਿਤਾ, ਪਰ ਜੇ ਰਾਜਾ ਹੀ ਪਰਜਾ ਨੂੰ ਖਾਣ ਲੱਗ ਜਾਵੇ ਉਸ ਪਰਜਾ ਦਾ ਬਚਣਾ ਮੁਸ਼ਕਲ ਹੈ, ਉਹ ਅੱਜ ਵੀ ਨਹੀਂ ਤੇ ਕੱਲ ਵੀ ਨਹੀਂ। ਇਹ ਤਰੀਕੇ ਦੇ ਨਾਲ ਇਹ ਜ਼ੁਲਮੀਆਂ, ਜੇ ਕੋਈ ਬਾਹਰੀ ਤਾਕਤ ਪਰਜਾ ਦੇ ਉੱਤੇ ਜ਼ੁਲਮ ਢਾਉਣ ਵਾਸਤੇ ਰਾਜਾ ਚੜ੍ਹਾਈ ਕਰਕੇ ਆ ਜਾਵੇ, ਉਸ ਦੇਸ਼ ਦਾ ਰਾਜਾ ਆਪਣੀ ਪਰਜਾ ਦੀ ਰਾਖੀ ਕਰਦਾ ਹੈ, ਮੂਹਰੇ ਹੋ ਕੇ ਲੜਦਾ ਹੈ, ਤੂੰ ਤਾਂ ਪਰਜਾ ਨੂੰ ਹੀ ਮਾਰਨ ਲੱਗ ਪਿਆ। ਜੇ ਤੂੰ ਚਾਹੁੰਦਾ ਹੈ ਕਿ ਬ੍ਰਾਹਮਣ ਲੋਕ ਹਿੰਦੂ ਲੋਕ ਮੁਸਲਮਾਨ ਬਣ ਜਾਵਣ, ਸਿੱਖਾਂ ਦੇ ਗੁਰੂ ਨੂੰ ਹਿੰਦੂਆਂ ਦੇ ਗੁਰੂ ਨੂੰ ਪਹਿਲਾਂ ਤੂੰ ਮੁਸਲਮਾਨ ਬਣਾ ਲਾ, ਫਿਰ ਅਸੀਂ ਸਾਰੇ ਸਾਰੇ ਆਪ ਹੀ ਸਾਰੇ ਮੁਸਲਮਾਨ ਬਣ ਜਾਵਣਗੇ, ਕਲਮਾ ਪੜ੍ਹ ਲੈਣਗੇ। ਇਸ ਤਰੀਕੇ ਦੇ ਨਾਲ ਇਹ ਚਿੱਠੀ ਇੱਕ ਸਿੱਖ ਲੈ ਕੇ ਗਿਆ, ਔਰੰਗਜ਼ੇਬ ਬਾਦਸ਼ਾਹ ਦੀ ਕਚਹਿਰੀ ਦੇ ਵਿੱਚ ਪੜ੍ਹੀ ਗਈ। ਬੜਾ ਜ਼ੁਲਮੀ ਨੂੰ ਬੜਾ ਕ੍ਰੋਧ ਆਇਆ, ਅੱਖਾਂ ਲਾਲ ਹੋਈਆਂ, ਡੌਲੇ ਫਰਕਣ ਲੱਗੇ, ਕਹਿਣ ਲੱਗਿਆ ਕੌਣ ਹੈ ਕਾਫਰ? ਕਾਫਰ ਕਹਿੰਦੇ ਨੇ ਜਿਹੜਾ ਇਸਲਾਮ ਦੇ ਵਿਰੁੱਧ ਗੱਲ ਕਰੇ ਉਹਨੂੰ, ਕੌਣ ਹੈ ਕਾਫਰ? ਜਿਹੜਾ ਦਿੱਲੀ ਦਰਬਾਰ ਦੇ ਹੁਕਮ ਦੀ ਅਦੂਲੀ ਕਰ ਰਿਹਾ ਹੈ, ਪਕੜ ਕੇ ਲਿਆਓ ਇਸ ਨੂੰ, ਇਨਾਮ ਰੱਖ ਦਿੱਤਾ ਬਹੁਤ ਵੱਡਾ, ਬਹੁਤ ਵੱਡਾ ਇਨਾਮ ਰੱਖ ਦਿੱਤਾ। ਇੱਧਰੋਂ ਮਹਾਰਾਜ ਆਪ ਕੁਝ ਸਿੰਘਾਂ ਦਾ ਜਥਾ ਲੈ ਕੇ ਸਿੱਖਾਂ ਦਾ, ਉਹਦੇ ਵਿੱਚ ਸਿੱਖ ਕਿਹੜੇ ਸੀ, ਲਾਓ ਲਾਓ ਹੁਣ ਸਾਰੇ ਜਥਾ ਤਾਂ ਹੈਗਾ ਤੁਹਾਨੂੰ ਵੀ, ਭਾਈ ਮਤੀ ਦਾਸ ਗੁਰੂ ਦਾ ਪਿਆਰਾ, ਜਿਹਦੇ ਸੀਸ ਉੱਤੇ ਅੱਗੇ ਚੱਲ ਕੇ ਚੱਲਣਾ ਆਰਾ, ਉਹ ਗਿਆ ਨਹੀਂ ਬੇਕਾਰਾ, ਮਤੀ ਦਾਸ ਪਿਆਰਾ ਅੱਜ ਵੀ ਹੈ, ਕੱਲ ਵੀ ਸੀ ਤੇ ਕੱਲ ਵੀ ਰਹੇਗਾ, ਉਹ ਤਾਂ ਅਮਰ ਹੋ ਗਿਆ, ਮਹਾਰਾਜ ਨੇ ਕਿਰਪਾ ਕਰਤੀ, ਨਜ਼ਰ ਪਾ ਕੇ ਅਮਰ ਕਰ ਦਿੱਤਾ। ਨਾਲ ਕੌਣ ਦੀ ਮਹਾਰਾਜ ਦੇ? ਮਤੀ ਦਾਸ, ਉਹ ਇੱਕ ਬ੍ਰਾਹਮਣ ਸੀ। ਅਸੀਂ ਜਾਤਾਂ ਪਾਤਾਂ 'ਚ ਵੰਡੀ ਜਾਂਦੇ ਆਪਣੇ ਆਪਾਂ ਨੂੰ, ਧਰਮਾਂ 'ਚ ਵੰਡੀ ਜਾਂਦੇ ਹਾਂ ਪਿਆਰਿਓ, ਮਹਾਰਾਜ ਨੇ ਨਹੀਂ ਧਰਮ ਦੇਖੇ ਨਾ ਜਾਤ ਦੇਖੀ ਆ। ਮਤੀ ਦਾਸ ਬ੍ਰਾਹਮਣ ਸੀ, ਉਹਨਾਂ ਦਾ ਭਰਾ ਸਤੀ ਦਾਸ ਬ੍ਰਾਹਮਣ ਸੀ, ਭਾਈ ਦਿਆਲਾ
ਭਾਈ ਉਦੇ ਸਿੰਘ, ਭਾਈ ਸ਼ੇਰ ਸਿੰਘ, ਹੋਰ ਸਿੱਖ ਵੀ ਸੀਗੇ ਨਾਲ। ਇਤਿਹਾਸਕਾਰ ਨੇ ਲਿਖੇ ਨੇ ਕਿਹਦਾ ਕਿਹਦਾ ਨਾਂ ਲਈਏ, ਸਾਰੇ ਸਿੱਖ ਕਾਬਲੇ ਤਰੀਫ ਸਨ ਮਹਾਰਾਜ ਤੋਂ, ਜਿਹਨਾਂ ਨੇ ਆਪਾ ਵਾਰ ਦਿੱਤਾ ਸੀ। ਗੁਰੂ ਦੇ ਪਿਆਰਿਓ, ਉਹ ਸਿੱਖਾਂ ਦਾ ਜਥਾ ਲਾ ਕੇ ਮਹਾਰਾਜ ਆਗਰੇ ਵੱਲ ਨੂੰ ਰਵਾਨਾ ਹੋ ਗਏ। ਮਹਾਰਾਜ ਪਹਿਲਾਂ ਦਿੱਲੀ ਵੀ ਜਾ ਸਕਦੇ ਸਨ, ਆਗਰੇ ਜਾਣ ਤੋਂ ਪਹਿਲਾਂ ਦਿੱਲੀ ਵੀ ਤਾਂ ਜਾ ਸਕਦੇ ਸਨ। ਮਹਾਰਾਜ ਆਗਰੇ ਵੱਲ ਨੂੰ ਕਹਿ ਰਹੇ, ਕਿਉਂਕਿ ਆਗਰੇ ਕਿਉਂ ਗਏ ਮਹਾਰਾਜ? ਆਗਰੇ 'ਚ ਬੈਠੀ ਇੱਕ ਮਾਤਾ ਬਿਰਧ ਸਰੀਰ ਵਾਲੀ ਮਾਂ, ਬਿਰਧ ਸਰੀਰ ਵਾਲੀ ਮਾਂ, ਜਿਹਦਾ ਨਾਂ ਤੀ ਇਤਿਹਾਸਕਾਰ ਨੇ ਮਾਤਾ ਭਾਗੋ ਲਿਖਿਆ ਹੈ, ਉਹ ਰਜੋਈਆਂ ਕਰਦੀ ਆ। ਕੀ ਕਹਿੰਦੀ ਆ? ਐ ਨੌਵੇਂ ਗੁਰੂ ਨਾਨਕ, ਮੇਰਾ ਸਰੀਰ ਬਿਰਧ ਹੋ ਗਿਆ ਹੈ, ਮੈਂ ਚੱਲ ਨਹੀਂ ਸਕਦੀ ਬਹੁਤੀ ਦੇਰ। ਗੁਰੂ ਦੇ ਪਿਆਰਿਓ, ਮੈਂ ਚੱਲ ਨਹੀਂ ਸਕਦੀ, ਮੈਂ ਤੁਹਾਡੇ ਲਈ ਇਹ ਸੱਚੇ ਪਾਤਸ਼ਾਹ ਇੱਕ ਉੱਨ ਦੀ ਪੋਸ਼ਾਕ ਉਣ ਕੇ ਰੱਖੀ ਹੈ। ਉਹਨੂੰ ਅਸੀਂ ਸਵੈਟਰ ਵੀ ਕਹਿ ਸਕਦੇ ਹਾਂ, ਕੋਟੀ ਵੀ ਕਹਿ ਸਕਦੇ ਹਾਂ, ਉਹਨੂੰ ਜਾਕਟ ਵੀ ਕਹਿ ਸਕਦੇ ਹਾਂ। ਇੱਕ ਉੱਨ ਦੀ ਪੋਸ਼ਾਕ ਬੁਣੀ ਹੈ, ਉੱਨ ਦੀ ਪੋਸ਼ਾਕ, ਕਿਰਪਾ ਕਰੋ ਇਹ ਪੋਸ਼ਾਕ ਮੈਂ ਤੁਹਾਡੇ ਲਈ ਬੁਣੀ ਹਾਂ, ਤੁਹਾਡੇ ਪਹਿਨੀ ਹੋਈ ਦੇਖਣੀ ਚਾਹੁੰਦੀ ਹਾਂ। ਦੇਖੋ ਕੈਸੀ ਗੱਲ ਹੈ, ਨਾਲੇ ਤਾਂ ਦਰਸ਼ਨ ਮੰਗਦੀ ਹੈ, ਨਾਲੇ ਪੋਸ਼ਾਕ ਸੁਗਾਤ ਮਹਾਰਾਜ ਤੱਕ ਪਹੁੰਚ ਜਾਵੇ, ਨਾਲੇ ਦਰਸ਼ਨ ਹੋ ਜਾਵਣ। ਸੱਚੇ ਪਾਤਸ਼ਾਹ ਮੈਂ ਅਨੰਦਪੁਰ ਸਾਹਿਬ ਆ ਨਹੀਂ ਸਕਦੀ। ਮਹਾਰਾਜ ਦੇ ਕੋਲ ਅਰਦਾਸ ਆਈ, ਮਹਾਰਾਜ ਨੇ ਪ੍ਰਵਾਨ ਕੀਤੀ ਅਰਦਾਸ, ਪ੍ਰਵਾਨ। ਅਤੇ ਉੱਥੇ ਕਵੀ ਕੀ ਕਹਿੰਦਾ, ਬੈਠੀ ਆਗਰੇ ਦੇ ਵਿੱਚ ਯਾਦ ਕਰਦੀ ਸਤਿਗੁਰਾਂ ਨੂੰ, ਬੈਠੀ ਆਗਰੇ ਦੇ ਵਿੱਚ ਯਾਦ ਕਰਦੀ ਸਤਿਗੁਰਾਂ ਨੂੰ, ਮਾਤਾ ਭਾਗੋ ਬਿਰਤੀ ਚਰਨਾਂ ਵਿੱਚ ਟਿਕਾ ਕੇ, ਦਿਲ ਵਿੱਚ ਚਾਹ ਪੋਸ਼ਾਕ ਪਹਿਨਾਵਾਂ ਆਪਣੇ ਸਤਿਗੁਰ ਨੂੰ। ਇੰਨਾ ਪਿਆਰ ਮੋਹ ਅੰਦਰ ਜਾਗ ਪਿਆ ਗੁਰੂ ਦਾ, ਮੈਂ ਆਪਣੇ ਹੱਥਾਂ ਨਾਲ ਮਹਾਰਾਜ ਦੇ ਪੋਸ਼ਾਕ ਪਹਿਨਾਵਾਂ, ਮਹਾਰਾਜ ਨੂੰ ਭੇਟ ਕਰਾਂ, ਦਿਲ ਵਿੱਚ ਚਾਹ ਪੋਸ਼ਾਕ ਪਹਿਨਾਵਾਂ ਆਪਣੇ ਸਤਿਗੁਰਾਂ ਨੂੰ, ਹੱਥੀ ਰੱਖੀ ਜਿਹੜੀ ਸ਼ਰਧਾ ਨਾਲ ਬਣਾ ਕੇ। ਇੱਕ ਤਾਂ ਮਾਤਾ ਭਾਗੋ ਯਾਦ ਕਰਦੀ ਸੀ, ਦੂਜਾ ਇੱਕ ਇਸਲਾਮ ਧਰਮ ਦੇ ਅੰਦਰ ਹਸਨ ਅਲੀ, ਉਹ ਤਾਂ ਹਸਨ ਅਲੀ ਮੁਸਲਮਾਨ ਸੀ, ਉਹਨੂੰ ਯਾਦ ਕਰਨ ਦੀ ਕੀ ਲੋੜ ਸੀ ਮਹਾਰਾਜ ਨੂੰ, ਜੇ ਅਸੀਂ ਧਰਮਾਂ 'ਚ ਵੰਡਣਾ ਆਪਣੇ ਆਪ ਨੂੰ। ਗੁਰੂ ਦੇ ਪਿਆਰਿਓ, ਧਰਮ ਸਾਰੇ ਪਵਿੱਤਰ ਨੇ, ਧਾਰਮਿਕ ਗ੍ਰੰਥ ਸਾਰੇ ਪਵਿੱਤਰ ਨੇ, ਕੁਰਾਨ ਵੀ ਪਵਿੱਤਰ ਹੈ, ਬਾਈਬਲ ਵੀ ਪਵਿੱਤਰ ਹੈ, ਗੀਤਾ ਵੀ ਪਵਿੱਤਰ ਹੈ, ਸਾਡੇ ਗੁਰੂ ਗ੍ਰੰਥ ਸਾਹਿਬ ਤਾਂ ਸੁਪਰੀਮ ਨੇ, ਇਹ ਵੀ ਪਵਿੱਤਰ ਨੇ, ਕਿਉਂਕਿ ਮਹਾਰਾਜ ਨੇ ਆਸਾ ਦੀ ਬਾਤ 'ਚ ਸਪਸ਼ਟ ਕਰਤਾ। ਆ ਸ਼ਹਿਰ ਦੀਆਂ ਸੰਗਤਾਂ ਰੋਜ਼ਾਨਾ ਗੁਰਦੁਆਰੇ ਜਾਂਦੇ ਨੇ, ਆਸਾ ਦੀ ਬਾਰ ਸੁਣਦੀਆਂ ਨੇ, ਪਰ ਸੁਣਦੇ ਨਹੀਂ, ਅਸੀਂ ਟਾਈਮ ਪਾਸ ਕਰਕੇ ਆ ਜਾਂਦੇ ਹਾਂ। ਜੇ ਕੋਈ ਪੜ੍ਹਦਾ ਵੀ ਆ, ਨਿਤਨੇਮੀ ਵੀ ਆ ਨਾ, ਉਹ ਵੀ ਉਹ ਪੜ੍ਹਦਾ, ਪੜ੍ਹ ਪੜ੍ਹ ਗੱਡੀ ਲੱਦੀਏ, ਪੜ੍ਹ ਪੜ੍ਹ ਭਰੀਏ ਸਾਥ, ਪੜ੍ਹ ਪੜ੍ਹ ਬੇੜੀ ਪਾਈਏ, ਪੜ੍ਹ ਪੜ੍ਹ ਗੱਡੀਏ ਖਾ, ਪੜ੍ਹੀਏ ਜੇਤੇ ਬਰਸ ਬਰਸ, ਪੜ੍ਹੀਏ ਜੇਤੇ ਮਾਸ। ਨਾਨਕ ਲੇਖੇ ਇੱਕ ਗੱਲ ਹੋਰ, ਹੋਮੇ ਝੱਕਣਾ ਝਾਕ। ਗੁਰੂ ਦੇ ਪਿਆਰਿਓ, ਅੱਗਾ ਦੌੜ ਅਤੇ ਪਿੱਛਾ ਚੌੜ, ਅੱਧੇ ਅਸੀਂ ਅੱਖਰ ਗੁਰਬਾਣੀ ਦੇ ਖਾ ਜਾਂਦੇ ਹਾਂ ਬੋਲਣ ਲੱਗੇ, ਅੱਧੇ ਅੱਖਰ ਛੱਡ ਜਾਂਦੇ ਹਾਂ, ਕਾਹਲੀ ਬਹੁਤ ਆ ਸਾਨੂੰ ਨਿਤਨੇਮ ਕਰਨ ਦੀ। ਭਾਵੇਂ ਮੂਲ ਮੰਤਰੇ ਪੜ੍ਹੋ, ਭਾਵੇਂ ਸਤਨਾਮ ਵਾਹਿਗੁਰੂ ਦਾ ਜਾਪ ਕਰੋ, ਪਰ ਪਿਆਰ 'ਚ ਭਿੱਜ ਕੇ, ਚਾਹੇ ਇੱਕ ਮਿੰਟ, ਇੱਕ ਘੜੀ, ਇੱਕ ਘੜੀ 27 ਮਿੰਟ ਦੀ ਆ, ਇੱਕ ਘੜੀ ਆਧੀ ਘੜੀ 13.5 ਮਿੰਟ ਆ ਗਏ, ਉਦੋਂ ਵੀ ਘੱਟ ਕਰ ਲਓ 6.5 ਮਿੰਟ ਆ ਗਏ, ਉਦੋਂ ਵੀ ਘੱਟ ਕਰ ਲਓ 3 ਮਿੰਟ ਆ ਗਏ।
ਉਹ ਪਿਆਰੇ ਜੇ 3 ਮਿੰਟ ਵੀ ਸਤਨਾਮ ਵਾਹਿਗੁਰੂ ਦਾ ਜਾਪ ਗੁਰੂ ਨਾਨਕ ਦੇ ਚਰਨਾਂ ਨਾਲ ਜੁੜ ਕੇ ਕਰ ਲਵੋ ਤਾਂ ਤੁਹਾਡੇ ਯਾਰ ਗੁਰੂ ਨਾਨਕ 'ਚ ਕੋਈ ਫਰਕ ਨਹੀਂ ਰਹਿ ਜਾਵੇਗਾ। ਹਰ ਕਾ ਸੇਵਕ ਹਰ ਹੀ ਜਿਹਾ, ਭੇਦ ਨਾ ਜਾਣਸ ਮਾਨਸ ਦੇਹਾ। ਪਰਮੇਸ਼ਰ ਦੀ ਆਰਾਧਨਾ ਕਰਨ ਵਾਲਾ ਪਰਮੇਸ਼ਰ ਦਾ ਰੂਪ ਬਣ ਜਾਂਦਾ। ਭਗਤ ਕਬੀਰ ਦੀ ਤਾਂ ਸਾਖੀ ਸੁਣੀ ਹੋਊਗੀ, ਭਗਵਾਨ ਨੇ ਆ ਕੇ ਭਗਤ ਕਬੀਰ ਦਾ ਹੀ ਰੂਪ ਧਾਰਨ ਕਰ ਲਿਆ। ਭਗਵਾਨ ਕੌਣ ਦੀ? ਗੁਰੂ ਨਾਨਕ ਦੀ। ਉਹ ਗੁਰੂ ਨਾਨਕ ਆਏ ਨੇ ਧਾਰਨ ਵਾਸਤੇ ਦੁਨੀਆਂ ਨੂੰ। ਇਸ ਕਰਕੇ ਹੁਣ ਹਸਨ ਅਲੀ ਆ ਜਿਹੜਾ ਦੂਜਾ, ਉਹ ਇੱਕ ਮੁਸਲਮਾਨ ਹੈ। ਉਹ ਯਾਦ ਕਰਦਾ ਕੀ ਕਹਿੰਦਾ, ਦੂਜਾ ਹਸਨ ਅਲੀ ਰਜੋਈਆਂ ਨਿੱਤ ਹੀ ਕਰਦਾ ਸੀ। ਜਦੋਂ ਸਵੇਰੇ ਉੱਠ ਕੇ ਨਵਾਜ਼ ਪੜ੍ਹਦਾ ਸੀ ਨਾ, ਨਵਾਜ਼ ਸਵੇਰੇ ਉੱਠ ਕੇ ਉਹ ਨਵਾਜ਼ ਪੜ੍ਹਦਾ ਸੀ, ਬਾਅਦ 'ਚ ਦੁਆ ਕਰਦਾ ਸੀ। ਮੁਸਲਮਾਨ ਲੋਕ ਬਾਅਦ 'ਚ ਦੁਆ ਕਰਦੇ ਨੇ। ਦੁਆ ਕੀ ਕਹਿੰਦੇ ਨੇ? ਉਹ ਵੀ ਅਰਦਾਸ ਹੁੰਦੀ ਹੈ। ਕਹਿੰਦੇ ਨੇ ਆਏ ਅੱਲਾ, ਐ ਖੁਦਾਵੰਦ ਕਰੀਮ, ਮੇਰੀ ਆਹ ਗੱਲ ਹੋ ਜਾਵੇ। ਉਹਨੂੰ ਅਰਦਾਸ ਹੁੰਦੀ ਆ। ਉਰਦੂ ਦਾ ਸ਼ਬਦ ਹੈ ਦੁਆ, ਦੁਆ ਕਰਨਾ। ਉਹਨੇ ਦੁਆ ਕੀਤੀ, ਮੰਗਣਾ ਕੀ ਕੀਤਾ? ਐ ਸਿੱਖਾਂ ਦੇ ਗੁਰੂ, ਧਿਆਨ ਨਾਲ ਸੁਣਿਓ ਹੁਣ ਮੈਂ ਕੀ ਕਹਿਣਾ ਚਾਹੁੰਦਾ, ਦੱਸ ਕੀ ਕਹਿਣਾ ਚਾਹੁੰਦਾ। ਕਹਿੰਦੇ ਐ ਸਿੱਖਾਂ ਦੇ ਗੁਰੂ, ਐ ਹਿੰਦੂਆਂ ਦੇ ਗੁਰੂ, ਮੈਂ ਸੁਣਿਆ। ਕੀ ਕਹਿੰਦਾ ਹਸਨ ਅਲੀ? ਮੈਂ ਸੁਣਿਆ ਦੁਆ ਕਰਕੇ ਕੋਈ ਨਹੀਂ ਉਹਦੇ ਕੋਲ, ਪਰ ਉਹ ਗੁਰੂ ਤੇਗ ਬਹਾਦਰ ਨੂੰ, ਗੁਰੂ ਨਾਨਕ ਨੂੰ ਸਾਹਮਣੇ ਬਿਠਾ ਕੇ ਗੱਲ ਕਰ ਰਿਹਾ, ਸੰਬੋਧਿਤ ਕਰਕੇ ਗੱਲ ਕਰ। ਐ ਸਿੱਖਾਂ ਦੇ ਗੁਰੂ, ਮੈਂ ਸੁਣਿਆ ਕਿ ਤੂੰ ਅਕਾਲ ਪੁਰਖ ਹੈ, ਖੁਦਾ ਹੈ। ਦੇਖੋ ਕੈਸੀ ਗੱਲ ਆ। ਕੀ ਕਹਿੰਦਾ? ਮੈਂ ਸੁਣਿਆ ਤੂੰ ਅਕਾਲ ਪੁਰਖ ਹੈ, ਖੁਦਾ ਹੈ। ਜੇ ਤੂੰ ਖੁਦਾ ਹੈ ਤਾਂ ਮੇਰੀ ਦੁਆ ਤੇਰੇ ਕਦਮਾਂ 'ਚ ਕਬੂਲ ਹੋ ਜਾਵੇ, ਪ੍ਰਵਾਨ ਹੋ ਜਾਵੇ, ਨੇਪਰੇ ਚੜ੍ਹ ਜਾਵੇ, ਤੇਰੇ ਤੱਕ ਆ ਸਕੇ, ਪਹੁੰਚ ਜਾਵੇ। ਗੁਰੂ ਦੇ ਪਿਆਰਿਓ, ਕਹਿੰਦਾ ਮੈਂ ਸੁਣਿਆ ਤੂੰ ਖੁਦਾ ਹੈ, ਜੇ ਤੂੰ ਖੁਦਾ ਹੈ ਤਾਂ ਮੇਰੀ ਦੁਆ ਜਿਹੜੀ, ਮੇਰੀ ਅਰਦਾਸ ਤੇਰੇ ਤੱਕ ਪਹੁੰਚਣੀ ਚਾਹੀਦੀ ਆ। ਉੱਥੇ ਕਵੀ ਕੀ ਕਹਿੰਦਾ? ਦੂਜਾ ਹਸਨ ਅਲੀ ਰਜੋਈਆਂ ਨਿੱਤ ਹੀ ਕਰਦਾ ਸੀ, ਉਹ ਦਰਸ਼ਨ ਦੇਵੋ ਮੈਨੂੰ ਦੁਖੀਏ ਨੂੰ ਵੀ, ਆ ਕੇ ਲੈ ਕੇ ਪ੍ਰੇਮ ਭੇਟਾ ਉੱਥੋਂ ਸਤਿਗੁਰ ਮੁੜ ਗਏ ਸੀ, ਮੱਖਣ ਸ਼ਾਹ ਜਿਉਂ ਉਸਦਾ ਬੇੜਾ ਬੰਨੇ ਲਾ ਕੇ। ਇਹ ਤਰੀਕੇ ਦੇ ਨਾਲ ਉਹ ਹਸਨ ਅਲੀ ਕਹਿੰਦਾ, ਉਹਦੇ ਮਨ 'ਚ ਪਤਾ ਕੀ ਆਇਆ? ਕਹਿੰਦਾ ਵੀ ਜੇ ਉਹ ਖੁਦਾ ਤਾਂ ਮੇਰੀ ਗੱਲ ਸੁਣ ਲਵੇਗਾ, ਖੁਦਾ ਮੈਂ ਨਵਾਜ਼ ਖੁਦਾ ਦੀ ਉਹ ਪੜ੍ਹਦਾ, ਉਹਦੇ ਨਾਂ ਦਾ ਹੀ ਜ਼ਿਕਰ ਕਰਦਾ। ਉਹਨੇ ਅਰਦਾਸ ਕੀਤੀ ਕਿਉਂ, ਦੁਆ ਕੀਤੀ ਕਿਉਂ? ਉਹਦੇ ਇੱਕੋ ਧੀ ਤੀ, ਬੜਾ ਗਰੀਬ ਸੀ, ਬੜਾ ਗਰੀਬ ਸੀਗਾ। ਉਹਨੇ ਆਪਣੀ ਧੀ ਦੀ ਮੰਗਣੀ ਕਰ ਦਿੱਤੀ, ਜਿਹਨੂੰ ਅਸੀਂ ਠਾਕਾ ਵੀ ਕਹਿ ਦਿੰਦੇ ਹਾਂ, ਸਰਮਨੀ ਰਸਮ ਵੀ ਕਹਿ ਦਿੰਦੇ ਹਾਂ। ਅਤੇ ਉਹ ਤੋਂ ਬਾਅਦ ਕੋ ਸ਼ਾਦੀ ਲਈ ਇੱਕ ਧੇਲਾ ਵੀ ਆਇਆ ਨਹੀਂ ਸੀ, ਇੱਕ ਟਕਾ ਵੀ ਨਹੀਂ ਸੀਗਾ। ਉਹ ਅਰਦਾਸ ਕਰਦਾ ਸੀ, ਜੇ ਸੱਚੇ ਪਾਤਸ਼ਾਹ ਤੂੰ ਮੇਰੇ ਘਰੋਂ ਆ ਜਾਓ ਤੁਸੀਂ, ਮੈਂ ਤੁਹਾਨੂੰ ਗ੍ਰਿਫਤਾਰ ਕਰਾ ਦਾਂ। ਔਰੰਗਜ਼ੇਬ ਪਾਤਸ਼ਾਹ ਨੇ ਬਹੁਤ ਵੱਡਾ ਇਨਾਮ ਰੱਖਿਆ, ਉਹ ਇਨਾਮ ਦੀ ਰਾਸ਼ੀ ਮੈਨੂੰ ਮਿਲ ਜਾਵੇਗੀ, ਉਹ ਇਨਾਮ ਦੀ ਰਾਸ਼ੀ ਮੈਨੂੰ ਮਿਲ ਜਾਵੇਗੀ। ਮੈਂ ਉਸ ਰਾਸ਼ੀ ਨਾਲ ਆਪਣੀ ਧੀ ਦੀ ਸ਼ਾਦੀ ਠਾਠ ਬਾਠ ਨਾ ਕਰ ਦਿਆਂਗਾ। ਗੁਰੂ ਦੇ ਪਿਆਰਿਓ, ਇਸ ਤਰੀਕੇ ਦੇ ਨਾਲ ਉਹ ਦੁਆ ਕਰਦਾ ਸੀ। ਭਾਵੇਂ ਉਹਦੀ ਦੁਆ ਦੇ ਅੰਦਰ, ਉਹਦੀ ਅਰਦਾਸ ਦੇ ਅੰਦਰ ਸਵਾਰਥ ਸੀ, ਪਰ ਉਹ ਸੱਚੇ ਦਿਲੋਂ ਗੁਰੂ ਨਾਨਕ ਨੂੰ ਸਾਹਮਣੇ ਬਿਠਾ ਕੇ ਸੰਬੋਧਿਤ ਕੀਤਾ ਸੀ ਹਸਨ ਅਲੀ ਨੇ। ਉਹਦੇ ਵਿੱਚ ਕੋਈ ਬਲ ਸਾਲ ਨਹੀਂ ਸੀਗਾ, ਕੋਈ ਵਿਚੋਲਾ ਨਹੀਂ ਸੀਗਾ। ਆ ਹੁਣ ਅਸੀਂ ਤਾਂ ਉਹੀ ਸੰਤਾਂ ਦੇ ਤੁਰੇ ਫਿਰੀ ਜਾਂਦੇ ਹਾਂ,
ਸਾਨੂੰ ਵਿਚੋਲਾ ਪਾਉਣ ਦੀ ਕੀ ਲੋੜ ਆ ਜਦ ਰੱਬ ਸਿੱਧਾ ਮਿਲਦਾ ਹੈ। ਜੇ ਸਾਡੀ ਜੱਜ ਤੱਕ ਅਪਰੋਚ ਹੋਵੇ ਵਕੀਲ ਕਰਨ ਦੀ ਕੀ ਲੋੜ ਹੈ। ਗੁਰੂ ਨਾਨਕ ਤਾਂ ਸਾਡੇ ਸਾਹਮਣੇ ਨੇ, ਸਾਡੀ ਸਿੱਧੀ ਜੱਜ ਸਾਹਿਬ ਨਾਲ ਗੱਲ ਹੋ ਰਹੀ ਹੈ, ਗੁਰੂ ਨਾਨਕ ਨਾਲ ਗੱਲ ਹੋ ਰਹੀ ਹੈ। ਫਿਰ ਅਸੀਂ ਲੱਭਦੇ ਫਿਰੀਏ ਸੰਤਾਂ ਨੂੰ ਵੀ, ਆਇਓ ਜੀ ਗੁਰੂ ਨਾਨਕ ਨਾਲ ਗੱਲ ਕਰਾਇਓ, ਤੁਸੀਂ ਗੁਰੂ ਨਾਨਕ ਨੂੰ ਕਹਿ ਦਿਓ ਸਾਡੇ ਬਾਰੇ, ਅਸੀਂ ਵੀ ਪੁੱਤਾਂ ਉਹਦੇ, ਧੀਆਂ ਅਸੀਂ ਵੀ ਉਹਦੇ। ਉਹਨੂੰ ਸਭ ਦਾ ਪਤਾ ਹੈ, ਬਿਨ ਬੋਲਿਆਂ ਸਭ ਕੁਛ ਜਾਣਦਾ ਮਹਾਰਾਜ, ਸਾਰਾ ਕੁਝ ਜਾਣਦਾ ਬਿਨ ਬੋਲਿਆਂ। ਜੇ ਸਾਡੇ ਅੰਦਰ ਕੁਛ ਪਾਉਣ ਦੀ ਸਪਿਰਟ ਹੋਵੇ, ਭਾਵਨਾ ਹੋਵੇ, ਬਿਨ ਮੰਗੇ ਮੋਤੀ ਮਿਲਦੇ, ਉਹ ਮੰਗੇ ਮਿਲੇ ਨਾ ਭੀਖ, ਬਿਨ ਮੰਗਿਆਂ ਤੋਂ ਮੋਤੀ ਮਿਲਦੇ ਨੇ ਗੁਰੂ ਦੇ ਪਿਆਰਿਓ। ਹੁਣ ਹਸਨ ਅਲੀ ਨੇ ਕਿਹਾ ਵੀ ਮੇਰੇ ਘਰ ਆ ਜਾਵੋ। ਹੁਣ ਗੁਰੂ ਤੇਗ ਬਹਾਦਰ ਮਹਾਰਾਜ ਆਗਰੇ ਦੀ ਧਰਤੀ ਉੱਤੇ ਪਹੁੰਚ ਗਏ ਨੇ, ਆਗਰੇ ਦੀ ਧਰਤੀ ਉੱਤੇ ਪਹੁੰਚ ਕੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਮਾਤਾ ਭਾਗੋ ਦੇ ਘਰ ਜਾ ਕੇ ਕੁੰਡਾ ਖੜਕਾਇਆ, ਅੰਦਰੋਂ ਆਵਾਜ਼ ਆਈ ਬਿਰਧ ਆਵਾਜ਼, ਕੌਣ ਹੈ ਭਾਈ? ਉਹ ਕਹਿਣ ਲੱਗੇ ਮਹਾਰਾਜ, ਬੜੇ ਸਾਦਗੀ ਨਾਲ ਬੋਲੇ, ਮਾਂ ਨਾਲੇ ਯਾਦ ਕਰਦੀਆਂ ਬੁਲਾਉਂਦੀਆਂ, ਨਾਲੇ ਪੁੱਛਦੀਆਂ ਕੌਣ ਹੈ ਭਾਈ। ਮਾਂ ਨੂੰ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ, ਕਹਿੰਦੀ ਇਹ ਤਾਂ ਆਵਾਜ਼ ਗੁਰੂ ਮਹਾਰਾਜ ਦੀ ਹੋ ਸਕਦੀ ਹੈ, ਇੰਨੀ ਮਿੱਠੀ ਆਵਾਜ਼। ਝੱਟ ਦੇ ਕੇ ਕੁੰਡਾ ਖੋਲਿਆ, ਜਦੋਂ ਮਾਤਾ ਭਾਗੋ ਨੇ ਗੁਰੂ ਤੇਗ ਬਹਾਦਰ ਨੂੰ ਸਿੱਖਾਂ ਦੇ ਨਾਲ ਖੜੇ ਤੱਕਿਆ ਆਪਣੇ ਦਰ ਦੇ ਉੱਤੇ, ਉਹਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ। ਉਹਦੀ ਹੈਰਾਨੀ ਇੱਕ ਕੌਮ 'ਚ ਬਦਲ ਗਈ। ਕਿਵੇਂ ਕਹਿੰਦੇ ਹੁੰਦੇ ਨੇ, ਮੇਰੇ ਹਿਰਦੇ ਸ਼ੁੱਧ ਬੁੱਧ ਬਿਸਰ ਗਈ, ਉਹਦੇ ਹਿਰਦੇ ਸ਼ੁੱਧ ਬੁੱਧ ਬਿਸਰ ਗਈ। ਉਹਨੂੰ ਇਹ ਬਿਨਾਂ ਯਾਦ ਰਿਹਾ ਵੀ ਮੈਂ ਅੰਦਰ ਬੁਲਾ ਲਾਂ ਮਹਾਰਾਜ ਨੂੰ। ਉਹਦੇ ਅੰਦਰ ਇੰਨਾ ਪਿਆਰ ਤੀ, ਇੰਨਾ ਲਗਾਉ ਤੀ, ਉਹਨੂੰ ਐਂ ਹੋ ਗਿਆ ਮਹਾਰਾਜ ਤੁਸੀਂ ਮੇਰੇ ਘਰ ਆ ਗਏ। ਹੈਰਾਨੀ ਹੋ ਗਈ ਉਹਨੂੰ, ਉਹ ਭੁੱਲ ਗਈ ਕਹਿਣਾ ਵੀ ਅੰਦਰ ਵੀ ਆ ਜਾਓ ਮਹਾਰਾਜ। ਮਹਾਰਾਜ ਸਾਦਗੀ ਨਾਲ ਬੋਲੇ, ਮਾਂ ਇਉਂ ਦੱਸ, ਅੰਦਰ ਵੀ ਬੁਲਾਵੇਂਗੀ ਕਿ ਇੱਥੇ ਤੱਕੀ ਜਾਵੇਂਗੀ ਖੜੀ? ਫਿਰ ਉਹਦੇ ਧਿਆਨ 'ਚ ਆਈ, ਫਿਰ ਕਿਹਾ ਮਹਾਰਾਜ ਅੰਦਰ ਆਓ। ਬੜੇ ਸਤਿਕਾਰ ਨਾਲ ਮਾਂ ਨੇ ਬੁਲਾਇਆ, ਨਤਮਸਤਕ ਹੋਈ। ਫਿਰ ਮਹਾਰਾਜ ਕਹਿਣ ਲੱਗੇ, ਮਾਤਾ ਭਾਗੋ ਤੇਰਾ ਨਾਂ ਅਸੀਸ ਦਿੱਤੀ ਮਹਾਰਾਜ ਨੇ, ਤੇਰਾ ਨਾਂ ਸੰਸਾਰ ਦੇ ਵਿੱਚ ਬੜੇ ਸਤਿਕਾਰ ਨਾਲ ਲਿਆ ਜਾਵੇਗਾ। ਅਸੀਸ ਦੇ ਕੇ ਅਮਰ ਕਰ ਦਿੱਤਾ ਮਾਤਾ ਭਾਗੋ ਨੂੰ, ਅਮਰ। ਰਾਕਸ਼ਾਸਾਂ ਨੂੰ ਦੇਵਤੇ ਬਣਾਇਆ ਗੁਰੂ ਨਾਨਕ ਨੇ, ਗੁਰੂ ਨਾਨਕ ਦੀ ਬਾਣੀ ਨੇ ਰਾਕਸ਼ਾਂ ਨੂੰ ਅਮਰ ਕਰਤੀ ਮਾਤਾ ਭਾਗੋ। ਮਹਾਰਾਜ ਬੈਠ ਗਏ ਨੇ, ਸਿੱਖ ਵੀ ਬੈਠ ਗਏ ਨੇ, ਮਹਾਰਾਜ ਪਲੰਘ ਉੱਤੇ ਬੈਠ ਗਏ ਨੇ, ਸਿੱਖ ਥੱਲੇ ਬੈਠ ਗਏ ਨੇ। ਮਹਾਰਾਜ ਕਹਿਣ ਲੱਗੇ, ਮਾਂ ਸਾਡੇ ਕੋਲ ਇੰਨਾ ਟਾਈਮ ਨਹੀਂ ਤੇਰੇ ਨਾਲ ਕੁਝ ਵਚਨ ਕਰ ਸਕੀਏ, ਜਲਦੀ ਕਰ, ਪੁਸ਼ਾਕ ਲੈ ਕੇ ਆ ਜਿਹੜੀ ਸਾਡੇ ਲਈ ਬਣਾਈ ਆ। ਲੈ ਆਈ, ਕਹਿੰਦੇ ਪਹਿਨਾ ਦੇ। ਹੁਣ ਫਿਰ ਮਾਤਾ ਭਾਗੋ ਨੇ ਜਦ ਪਹਿਨਾਈ, ਸਾਹਮਣੇ ਆ ਗਈ ਖੜੀ, ਤੱਕਦੀ ਰਹੀ, ਤੱਕਦੀ ਰਹੀ, ਤੱਕਦੀ ਰਹੀ, ਬਸ ਤੱਕਦੀ ਰਹੀ ਨੇ। ਮਹਾਰਾਜ ਨੇ ਨਜ਼ਰ ਪਾਈ, ਨਜ਼ਰੋ ਨਜ਼ਰ ਨਿਹਾਲ ਕਰ ਦਿੱਤੀ, ਨਿਹਾਲ ਮਾਤਾ ਭਾਗੋ। ਮਾਤਾ ਭਾਗੋ ਨੂੰ ਤਾਰਦੇ ਗੁਰੂ ਤੇਗ ਬਹਾਦਰ ਸਿੱਖਾਂ ਨੂੰ ਲੈ ਕੇ ਕਿੱਥੇ ਆ ਗਏ ਨੇ? ਹਸਨ ਅਲੀ ਦੇ ਘਰ ਆ ਗਏ ਨੇ। ਜਦ ਹਸਨ ਅਲੀ ਦੇ ਘਰ ਆ ਗਏ ਨਾ, ਉਸ ਟਾਈਮ ਹਸਨ ਅਲੀ ਨਮਾਜ਼ ਪੜ੍ਹ ਕੇ ਹਟਿਆ ਸੀ, ਜਿਹਨੂੰ ਅਸਲ ਦੀ ਨਮਾਜ਼ ਕਿਹਾ ਜਾਂਦਾ ਹੈ।
ਸ਼ਹੀਦ ਹਸਨ ਅਲੀ ਦੇ ਘਰ ਵਿੱਚ ਸਤਿਗੁਰੂ ਆ ਗਏ ਸੀ। ਪੰਜ ਉਪਕਾਰ ਦੇ ਕੇ ਕਹਿਣ ਲੱਗੇ ਮੁਸਕਾ ਕੇ, ਕਿਹੜੀ ਗੱਲੋਂ ਬਿਰਧਾ ਯਾਦ ਸਾਨੂੰ ਕਰਦਾ ਸੀ, ਉਹ ਲੈਲਾ ਇਨਾਮ ਸ਼ਾਹ ਤੋਂ ਸਾਨੂੰ ਅੱਜ ਫੜਾ ਕੇ। ਕਹਿੰਦੇ ਕਿਹੜੀ ਗੱਲੋਂ ਯਾਦ ਕਰਦਾ ਸੀ, ਵੀ ਸ਼ਾਹ ਇਨਾਮ ਦੇ ਵਿਗਾਸ ਤੇਰੇ ਘਰ ਆ ਗਿਆ, ਹੁਣ ਬੁਲਾ ਲਾ ਫੌਜ, ਸਾਨੂੰ ਗ੍ਰਿਫਤਾਰ ਕਰਾ ਦੇ, ਤੈਨੂੰ ਸ਼ਾਹ ਇਨਾਮ ਦੇਵੇਗਾ। ਉਹ ਸ਼ਾਹ ਦੇ ਨਾਮ ਦੇ ਨਾਲ ਤੂੰ ਆਪਣੀ ਧੀ ਦੀ ਸ਼ਾਦੀ ਕਰਦੀ। ਸ਼ਹੀਦ ਤੱਕ ਕੇ ਨੂਰ ਅਲਾਹੀ ਗੁਰ ਦੇ ਚਿਹਰੇ ਤੋਂ, ਸ਼ਹੀਦ ਤੱਕ ਕੇ ਨੂਰ ਅਲਾਹੀ ਗੁਰ ਦੇ ਚਿਹਰੇ ਦਾ, ਹੁਣ ਡਿੱਗਾ ਚਰਨਾ ਉੱਤੇ ਗਲਕ ਪੱਲਾ ਪਾ ਕੇ ਕਹਿੰਦਾ ਮੈਂ ਤਾਂ ਤੇਰਾ ਹੋ ਗਿਆ ਮੇਰੇ ਮਾਲਕਾ, ਮਿਟਕੀ ਮਾਇਆ ਦੀਪਕ ਨਾਮ ਪਦਾਰਥ ਪਾ ਕੇ। ਹੁਣ ਸ਼ਹੀਦ ਹਸਨ ਅਲੀ ਕਹਿੰਦਾ ਮਹਾਰਾਜ ਮੇਰੀ ਮਾਇਆ ਦੀ ਭੁੱਖ ਮਿਟ ਗਿਆ, ਨਾਮ ਪਦਾਰਥ ਆ ਗਿਆ। ਸ਼ਹੀਦ ਹੈਰਾਨ ਹੋ ਗਿਆ ਵੀ ਵਾਕਈ ਖੁਦਾ ਹੈ, ਕਿਉਂਕਿ ਉਹਨੇ ਤਾਂ ਬੜੇ ਪਿਆਰ ਨਾਲ ਕਿਹਾ ਸੀ ਜੇ ਮੈਂ ਸੁਣਿਆ ਵੀ ਲੋਕ ਕਹਿੰਦੇ ਨੇ ਤੂੰ ਖੁਦਾ ਹੈ, ਮੈਂ ਸੁਣਿਆ ਇਹ ਕੋਈ ਐਸੀ ਗੱਲ ਹੈ, ਪਿਆਰ ਵਾਲੀ ਗੱਲ ਹੈ ਗੁਰੂ ਦੇ ਪਿਆਰਿਓ। ਹੁਣ ਮਹਾਰਾਜ ਨੇ ਆਸ਼ੀਰਵਾਦ ਦਿੱਤਾ, ਐ ਸ਼ਹੀਦ ਨੂਰ ਅਲਾਹੀ, ਤੈਨੂੰ ਇੱਕ ਸ਼ਹੀਦ, ਤੈਨੂੰ ਇੱਕ ਅਸੀਸ ਦੇ ਕੇ ਚੱਲਿਆ, ਤੇਰਾ ਨਾਂ ਸਿੱਖ ਇਤਿਹਾਸ ਦੇ ਵਿੱਚ ਸਤਿਕਾਰ ਨਾਲ ਲਿਆ ਜਾਵੇਗਾ, ਤੇਰਾ ਨਾਂ ਇਤਿਹਾਸ ਦੇ ਪੰਨਿਆਂ 'ਤੇ ਸੋਨੇ ਵਾਂਗ ਚਮਕਦਾ ਰਹੇਗਾ, ਸੋਨੇ ਵਾਂਗ ਗੁਰੂ ਦੇ ਪਿਆਰਿਓ, ਸੋਨੇ ਵਾਂਗ ਚਮਕਦਾ ਰਹੇਗਾ। ਤਾਂ ਉਸ ਟਾਈਮ ਅਸੀਸ ਦੇ ਕੇ ਮਹਾਰਾਜ ਇੱਕ ਬਾਗ ਵਿੱਚ ਬੈਠ ਗਏ ਨੇ ਆ ਕੇ, ਉੱਥੇ ਇੱਕ ਵਿਧਨਾ ਬਣਾਉਣੀ ਸੀ। ਮਹਾਰਾਜ ਨੇ ਇੱਕ ਸਿੱਖ ਨੂੰ ਇੱਕ ਮੁੰਦੜਾ ਲੈ ਕੇ ਭੇਜਿਆ, ਜਾ ਸ਼ਹਿਰ ਦੇ ਵਿੱਚ ਉਹ ਰਸਤਾ ਲੈ ਕੇ ਆ, ਲੰਗਰ ਬਣਾਈਏ। ਉੱਥੇ ਗ੍ਰਿਫਤਾਰੀ ਵੀ ਤਾਂ ਆਉਣੀ ਸੀ। ਉਹ ਗੱਲ ਜਦੋਂ ਮੁੰਦੜਾ ਕਿਸੇ ਨੇ ਖਰੀਦਿਆ ਨਾ, ਤਾਂ ਖਿਸ ਇੰਨਾ ਮਹਿੰਗਾ ਮੁੰਦੜਾ, ਕਹਿੰਦੇ ਕਿਹਨੇ ਦਿੱਤਾ, ਕਹਿੰਦੇ ਮੇਰੇ ਬਾਦਸ਼ਾਹ ਨੇ। ਉਹ ਗੱਲ ਖਿਸਕਦੀ ਖਿਸਕਦੀ ਕਿੱਥੇ ਚੱਲ ਗਈ, ਕੋਤਵਾਲੀ ਪਹੁੰਚ ਗਈ ਹੈ। ਉੱਥੇ ਸ਼ਰਦ ਦੀਨ ਨਾਂ ਦਾ ਇੱਕ ਦਰੋਗਾ ਸੀ, ਜਿਹਨੂੰ ਥਾਣੇਦਾਰ ਐਸ ਐਚ ਓ ਕਹਿ ਦਈਏ ਆਪਾਂ, ਦਰੋਗਾ। ਉਹਨੂੰ ਪਤਾ ਲੱਗਿਆ, ਉਹਨੂੰ ਕਿਸੇ ਨੇ ਜਾ ਕੇ ਦੱਸਿਆ, ਉਹ ਭਲਿਆ ਤੂੰ ਇੱਥੇ ਰਾਮ ਨਾਲ ਬੈਠਾ ਹੈ, ਜਿਹਦੇ ਉੱਤੇ ਰੰਗਦੇਵ ਬਾਦਸ਼ਾਹ ਨੇ ਐਡਾ ਵੱਡਾ ਨਾਮ ਰੱਖਿਆ, ਉਹ ਤਾਂ ਆਪਣੇ ਬਾਗਾਂ 'ਚ ਬੈਠਾ ਹੈ ਬਾਹਰ। ਸ਼ਰਦੀ ਨੇ ਫਟਾਫਟ ਆਪਣੇ ਫੌਜ ਇਕੱਠੀ ਕੀਤੀ, ਸਿਪਾਹੀ ਇਕੱਠੇ ਕੀਤੇ, ਬਾਗ ਨੂੰ ਘੇਰਾ ਪਾ ਲਿਆ ਕੇ। ਮਹਾਰਾਜ ਨੇ ਤਾਂ ਪਤਾ ਸੀ ਵੀ ਦਸਤੂਰ ਕੀ ਹੈ, ਸਿਧਾਂਤ ਕੀ ਹੈ, ਕਿਵੇਂ ਜਾਣਾ ਦਿੱਲੀ ਨੂੰ, ਕਿਹੜੇ ਤਰੀਕੇ ਨਾਲ ਜਾਣਾ, ਉਹ ਤਾਂ ਪਹਿਲਾਂ ਹੀ ਮਹਾਰਾਜ ਦਾ ਸਾਰਾ ਜਿਹੜਾ ਸਿਲੇਬਸ ਸੀ ਉਹ ਲਿਖਿਆ ਪਿਆ ਸੀ ਗੁਰੂ ਦੇ ਪਿਆਰਿਓ। ਹੁਣ ਐਸਾ ਹੋਇਆ, ਮਹਾਰਾਜ ਸੱਚੇ ਪਾਤਸ਼ਾਹ ਜਾਂ ਸਰਦੀਨ ਆਇਆ, ਉਹ ਆ ਕੇ ਉਹਨੇ ਨਾ ਕਿਹਾ ਵੀ ਘੇਰ ਲਓ, ਜਦ ਕੋਲ ਆਇਆ ਮਹਾਰਾਜ ਦੇ, ਮਹਾਰਾਜ ਮੁਸਕਰਾ ਰਹੇ ਨੇ, ਅਡੋਲ ਚਿੱਤ ਬੈਠੇ ਹੋਏ ਨੇ, ਚੌਂਕੜਾ ਮਾਰਿਆ ਹੋਇਆ, ਸਤਨਾਮ ਵਾਹਿਗੁਰੂ ਦਾ ਜਾਪ ਹੋ ਰਿਹਾ, ਸਿੱਖਾਂ ਦਾ ਵੀ ਜਪ, ਸਿੱਖ ਵੀ ਜਾਪ ਕਰ ਰਹੇ ਨੇ। ਹੁਣ ਉਹਨੇ ਆ ਕੇ ਮਹਾਰਾਜ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਹੱਥ ਕੜੀ ਲਾਉਣੀ ਚਾਹੀ। ਮਹਾਰਾਜ ਕਹਿੰਦੇ ਭਲਿਆ ਕੀ ਕਰਦਾ, ਕਹਿੰਦੇ ਤੁਹਾਨੂੰ ਹੱਥ ਕੜੀ ਲਾ ਕੇ ਦਿੱਲੀ ਦਰਬਾਰ ਵਿੱਚ ਪੇਸ਼ ਕੀਤਾ ਜਾਵੇਗਾ। ਉੱਥੇ ਕਵੀ ਕੀ ਕਹਿੰਦਾ, ਇੱਕ ਸ਼ਾਇਰ ਕੀ ਕਹਿੰਦਾ, ਕਹਿੰਦਾ ਜਦੋਂ ਵਕਤ ਇਨਸਾਨ 'ਤੇ ਆਉਣ ਪੈਂਦਾ, ਜਦੋਂ ਵਕਤ ਇਨਸਾਨ 'ਤੇ ਆਉਣ ਪੈਂਦਾ, ਉਹ ਸਭ ਰੱਸੀਆਂ ਦੇ ਬਣ ਬਣ ਕੱਟ ਜਾਂਦੇ, ਭਲੇ ਬੁਰੇ ਦੀ ਫੇਰ ਨਾ ਫਰਕ ਰਹਿੰਦੀ, ਮਿੱਤਰ ਮਿੱਤਰਾਂ ਤੋਂ ਪਾਸਾ ਵੱਟ ਜਾਂਦੇ। ਜਦੋਂ ਔਖਾ ਵੇਲਾ ਆਉਂਦਾ ਨਾ, ਵਿੱਚ ਸੁੱਖਾਂ ਦੇ ਸਾਰੀ ਦੁਨੀਆ ਨੇੜੇ ਹੋ ਹੋ ਬਹਿੰਦੀ, ਉਹ ਪਰਖੀ ਜਾਂਦੀ ਉਸ ਵੇਲੇ ਜਦੋਂ ਬਾਜੀ ਉਲਟੀ ਪੈਂਦੀ। ਗੁਰੂ ਦੇ ਪਿਆਰਿਓ, ਹੁਣ ਮਹਾਰਾਜ ਨੇ ਕਿਹਾ ਭਲਿਆ ਤੈਨੂੰ ਹੱਥ ਕੜੀ ਲਾਉਣ ਦੀ ਲੋੜ ਨਹੀਂ, ਅਸੀਂ ਤਾਂ ਤੇਰੇ ਨਾਲ, ਅਸੀਂ ਤਾਂ ਇਸੇ ਕਾਰਜ ਵਾਸਤੇ ਆਏ ਹਾਂ, ਅਸੀਂ ਤਾਂ ਦਿੱਲੀ ਜਾਣ ਵਾਸਤੇ ਹੀ ਆਏ ਹਾਂ।
ਅਸੀਂ ਤੇਰੇ ਨਾਲ ਚੱਲਾਂਗੇ, ਅਸੀਂ ਕੋਈ ਦੌੜਨ ਵਾਸਤੇ ਨਹੀਂ ਆਏ। ਤਾਂ ਮਹਾਰਾਜ ਸ਼ਰਦੀਨ ਦੀ ਫੌਜ ਦੇ ਨਾਲ ਸਿੱਖਾਂ ਦੇ ਜਥੇ ਦੇ ਨਾਲ ਜਿਵੇਂ ਦਿੱਲੀ ਵੱਲ ਜਾ ਰਹੇ ਨੇ, ਉਹ ਸਮੇਂ ਦਾ ਵਰਣਨ ਉਹ ਸਮੇਂ ਦਾ ਸੀ ਜਸਪਾਲ ਸਿੰਘ ਐਵੇਂ ਦਾ ਘਲਾਲ ਬੜਾ ਟਾੜੀਆ ਤਾਂ ਹੇਠ ਇਉਂ ਕਹਿ ਰਿਹਾ ਦਿੱਲੀ ਨੂੰ ਆਗਰੇ ਤੋਂ ਚੱਲੇ ਗੁਰੂ ਸਾਹਿਬ ਦਿੱਲੀ ਨੂੰ ਆਗਰੇ ਤੋਂ ਚੱਲੇ ਗੁਰੂ ਸਾਹਿਬ ਦਿੱਲੀ ਨੂੰ ਝੂਠ ਚਾਹੇ ਸੱਚ ਨੂੰ ਮਨਾਉਣੀ ਈਨ ਜੀ, ਝੂਠ ਚਾਹੇ ਸੱਚ ਨੂੰ ਮਨਾਉਣੀ ਈਨ ਜੀ, ਉਹ ਆਗਰੇ ਚੋ ਚੱਲੇ ਗੁਰੂ ਸਾਹਿਬ ਦਿੱਲੀ ਨੂੰ, ਆਗਰੇ ਚੋ ਚੱਲੇ ਗੁਰੂ ਸਾਹਿਬ ਦਿੱਲੀ ਨੂੰ ਦੁਨੀਆਂ ਤੇ ਆਉਣਾ ਸੁਰਖ ਸਵੇਰਾ ਏ, ਦੁਨੀਆਂ ਤੇ ਆਉਣਾ ਸੁਰਖ ਸਵੇਰਾ ਏ, ਆਵੇ ਨਾ ਜ਼ੁਲਮ ਮਹਿਫਲਾਂ ਚ ਖਿੱਲੀ ਨੂੰ, ਬਈ ਮਹਿਫਲਾਂ ਚ ਖਿੱਲੀ ਨੂੰ, ਉਹ ਆਗਰੇ ਚੋ ਚੱਲੇ ਗੁਰੂ ਸਾਹਿਬ ਦਿੱਲੀ ਨੂੰ, ਆਗਰੇ ਚੋ ਚੱਲੇ ਗੁਰੂ ਸਾਹਿਬ ਦਿੱਲੀ ਨੂੰ ਆ
ਪੰਜ ਸਿੱਖ ਨਾਲ ਸੂਰ ਮਿੰਦਲੇ ਸੀ ਹੋ ਜੈਤਾ ਤੇ ਦਿਆਲਾ ਮਤੀ ਦਾਸ ਸ਼ੇਰ ਸੀ ਜੈਤਾ ਤੇ ਦਿਆਲਾ ਮਤੀ ਦਾਸ ਸ਼ੇਰ ਸੀ ਗੁਰੂ ਦਿੱਤਾ ਗੁਰੂ ਮਾਰ ਸ਼ੇਰ ਬਿੱਲੀ ਨੂੰ ਬੇ ਮਾਰੂ ਸ਼ੇਰ ਬਿੱਲੀ ਨੂੰ ਹੋ ਆਗਰੇ ਤੋਂ ਚੱਲੇ ਗੁਰੂ ਸਾਹਿਬ ਦਿੱਲੀ ਨੂੰ ਆਗਰੇ ਤੋਂ ਚੱਲੇ ਗੁਰੂ ਸਾਹਿਬ ਦਿੱਲੀ ਨੂੰ ਹੋ ਬਾਲਿਆ ਸ਼ੈਤਾਨ ਨੇ ਸੀ ਦੀਵਾ ਨੱਕ ਤੇ ਬਾਲਿਆ ਸ਼ੈਤਾਨ ਨੇ ਸੀ ਦੀਵਾ ਨੱਕ ਤੇ ਹੋ ਕਰਨਾ ਹੈ ਪੰਛੀ ਪੱਕੀ ਕੌਮ ਢਿੱਲੀ ਨੂੰ ਬਈ ਪੱਕੀ ਕੌਮ ਢਿੱਲੀ ਨੂੰ ਹੋ ਆਗਰੇ ਤੋਂ ਛੱਲੇ ਗੁਰੂ ਸਾਹਿਬ ਦਿੱਲੀ ਨੂੰ ਆਗਰੇ ਤੋਂ ਛੱਲੇ ਗੁਰੂ ਸਾਹਿਬ ਦਿੱਲੀ ਨੂੰ ਆਗਰੇ ਤੋਂ ਛੱਲੇ ਗੁਰੂ ਸਾਹਿਬ ਦਿੱਲੀ ਨੂੰ ਤੋਂ ਚੱਲੇ ਗੁਰੂ ਸਾਹਿਬ ਦਿੱਲੀ ਨੂੰ ਗੁਰੂ ਦੇ ਪਿਆਰਿਓ ਕਹਿੰਦੇ ਫੌਜ ਲੈ ਕੇ ਆ ਗਿਆ ਸ਼ਰਦ ਦੀਨ ਦੀ ਝੂਠ ਸਾਹੇ ਸੱਚ ਨੂੰ ਮਨਾਉਣੀ ਈਨ ਸੀ ਗੈਰਤ ਦਾ ਛੇਕ ਲਾਉਣਾ ਹਿੰਦ ਮਿੱਲੀ ਨੂੰ ਆਗਰੇ ਤੋਂ ਚੱਲੇ ਗੁਰੂ ਸਾਹਿਬ ਦਿੱਲੀ ਨੂੰ ਗੁਰੂ ਦੇ ਪਿਆਰਿਓ ਹੁਣ ਆਗਰੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਚਲੋ ਚਾਲ ਦਿੱਲੀ ਵੱਲ ਜਾ ਰਹੇ ਨੇ ਮਹਾਰਾਜ ਦਿੱਲੀ ਚਲੇ ਗਏ ਨੇ ਦਿੱਲੀ ਜਾ ਕੇ ਦਰਬਾਰ ਦੇ ਵਿੱਚ ਐਂਟਰ ਹੋ ਗਏ ਨੇ ਮਹਾਰਾਜ ਔਰੰਗ ਜੇ ਬਾਦਸ਼ਾਹ ਦੇ ਦਰਬਾਰ ਦੇ ਅੰਦਰ ਉੱਥੇ ਔਰੰਗਜ਼ੇਬ ਬਾਦਸ਼ਾਹ ਨੇ ਨੂੰ ਦੱਸਿਆ ਗਿਆ ਕਹਿੰਦੇ ਬਾਦਸ਼ਾਹ ਸਲਾਮਤ ਜਿਹੜੇ ਕਾਫਰ ਨੂੰ ਫੜ ਕੇ ਲਿਆਉਣ ਦੀ ਗੱਲ ਕਰਦੇ ਸਨ ਉਹ ਅਸੀਂ ਫੜ ਲਿਆਂਦਾ ਹੈ ਗ੍ਰਿਫਤਾਰ ਕਰ ਲਿਆ ਹੈ ਦੱਸੋ ਹੁਣ ਕੀ ਕੀਤਾ ਜਾਵੇ ਔਰੰਗਜ਼ੇਬ ਬਾਦਸ਼ਾਹ ਕਹਿਣ ਲੱਗੇ ਉਸ ਕਾਫਰ ਦੇ ਮੈਨੂੰ ਦਰਸ਼ਨ ਨਾ ਕਰਾਇਓ ਮੈਂ ਦਰਸ਼ਨ ਨਹੀਂ ਦੇਖਣਾ ਚਾਹੁੰਦਾ ਉਸ ਕਾਫਰ ਦੇ ਮੈਂ ਦਰਸ਼ਨ ਨਹੀਂ ਦੇਖਣਾ ਚਾਹੁੰਦਾ ਉਹਨੂੰ ਹਵਾ ਲਾਟ ਦੇ ਦਿਓ ਉਹ ਹਵਾ ਲਾਟ ਇੱਕ ਉਹਨਾਂ ਕੋਲ ਐਸੀ ਸੀ ਗੁਰੂ ਦੇ ਪਿਆਰਿਓ ਜਿਹਨੂੰ ਭੂਤਾਂ ਵਾਲੀ ਹਵੇਲੀ ਕਿਹਾ ਜਾਂਦਾ ਸੀ ਉਹਦੇ ਵਿੱਚ ਇੱਕ ਦਿਓ ਇੱਕ ਤਾਂਤਰਿਕ ਨੇ ਆਪਣੇ ਇਲਮ ਦੇ ਨਾਲ ਕੈਦ ਕੀਤਾ ਹੋਇਆ ਸੀ ਉਹ ਦਿਓ ਉਹ ਜਦੋਂ ਕੈਦ ਕੀਤਾ ਇੱਕ ਤਾਂਤਰਿਕ ਨੇ ਉਹਨੇ ਪੁੱਛਣਾ ਕੀਤਾ ਉਹ ਭਲਿਆ ਤੈਂ ਆਪਣੇ ਇਲਮ ਦੇ ਨਾਲ ਮੈਨੂੰ ਕੈਦ ਤਾਂ ਕਰ ਲਿਆ ਮੈਨੂੰ ਐਂ ਤਾਂ ਦੱਸਦਾ ਮੈਂ ਕਦੇ ਆਜ਼ਾਦ ਵੀ ਹੋਵਾਂਗਾ ਕਿ ਇੱਥੇ ਹੀ ਰਹਾਂਗਾ ਉਹ ਕਹਿਣ ਲੱਗਿਆ ਆਜ਼ਾਦ ਹੋਵੇਂਗਾ ਪਰ ਇੱਥੇ ਇੱਕ ਉੱਚੀ ਸੁੱਚੀ ਆਤਮਾ ਆਵੇਗੀ ਖੁਦਾ ਦਾ ਰੂਪ ਆਵੇਗਾ ਖੁਦਾ ਤੈਨੂੰ ਆ ਕੇ ਉਹੀ ਆਜ਼ਾਦ ਕਰਾ ਸਕਦਾ ਖੁਦਾ ਤੋਂ ਬਿਨਾਂ ਕੋਈ ਮਾਨਸ ਦੇਹੀ ਤੈਨੂੰ ਆਜ਼ਾਦ ਨਹੀਂ ਕਰਾ ਸਕਦੀ ਭਾਵੇਂ ਕਿੱਡੇ ਤਾਂਤਰਿਕ ਚੱਲ ਕੇ ਆ ਜਾਵੇ ਉਹ ਜਦੋਂ ਕੋਈ ਅਪਰਾਧੀ ਬਹੁਤ ਵੱਡਾ ਅਪਰਾਧ ਕਰ ਦੇਵੇ ਉਹਨੂੰ ਭੂਤਾਂ ਵਾਲੀ ਹਵੇਲੀ 'ਚ ਬੰਦ ਕਰ ਦਿੰਦੇ ਸਨ ਉਹ ਦਿਓ ਉਹਨੂੰ ਖਾ ਜਾਂਦਾ ਸੀ ਅੱਜ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਭੂਤਾਂ ਵਾਲੀ ਹਵੇਲੀ ਦਾ ਹੁਕਮ ਹੋ ਗਿਆ ਬੰਦ ਕਰ ਦਿੱਤਾ ਜਦੋਂ ਮਹਾਰਾਜ ਅੰਦਰ ਬੈਠੇ ਜਾ ਕੇ ਚੌਂਕੜਾ ਮਾਰਿਆ ਅਕਾਲ ਪੁਰਖ ਦੇ ਅਰਾ ਨਾਂ ਨੂੰ ਅਰਾਧਣ ਲੱਗੇ
ਉਹ ਦਿਓ ਆਇਆ, ਖੜਖੜ ਦੀ ਆਵਾਜ਼ ਆਈ, ਮਹਾਰਾਜ ਜੀ ਅੱਖ ਖੁੱਲ ਗਈ। ਮਹਾਰਾਜ ਅਡੋਲ ਚ ਬੈਠੇ ਹੋਏ ਨੇ, ਜਦੋਂ ਮਹਾਰਾਜ ਨੇ ਅੱਖਾਂ ਖੋਲ ਕੇ ਦ੍ਰਿਸ਼ਟੀ ਪਾਈ ਦਿਓ ਦੇ ਉੱਤੇ, ਉਹ ਇਲਮ ਦੀਆਂ ਜਿਹੜੀਆਂ ਜੰਜੀਰਾਂ ਦੇ ਵਿੱਚ ਜਕੜਿਆ ਹੋਇਆ ਸੀ ਨਾ, ਇਲਮ ਦੀਆਂ ਜੰਜੀਰਾਂ ਦੇ ਵਿੱਚ, ਉਹ ਦਿਓ ਉਹ ਜੰਜੀਰਾਂ ਦੇ ਸੰਗਲ ਟੁੱਟ ਗਏ ਨੇ। ਮਹਾਰਾਜ ਦੀ ਦ੍ਰਿਸ਼ਟੀ ਪੈਣ ਦੇ ਨਾਲ ਸੰਗਲ ਟੁੱਟ ਗਏ ਨੇ, ਦਿਓ ਆਜ਼ਾਦ ਹੋ ਗਿਆ। ਆਹਾ ਯਾਦ ਆਇਆ, ਉਹ ਤੰਤਰਕ ਦੀ ਗੱਲ ਸਦੀਆਂ ਬੀਤ ਗਈਆਂ, ਕੈਦ ਹੋਏ ਨੂੰ ਉਹ ਅੱਜ ਹੈ ਖੁਦਾ ਆ ਗਿਆ ਹੈ, ਮੈਨੂੰ ਆਜ਼ਾਦ ਕਰਾ ਦਿੱਤਾ ਹੈ। ਹੁਣ ਉਹਦੇ ਦਿਲ 'ਚ ਆਇਆ ਦਿਓ ਦੇ, ਜਿਹੜੇ ਰਾਕਸ਼ਸ ਹੁੰਦੇ ਨੇ ਜੇ ਕਿਸੇ 'ਤੇ ਉਹ ਖੁਸ਼ ਹੋ ਜਾਵਣ ਤਾਂ ਵੀ ਮਾਲੋ ਮਾਲ ਕਰ ਦਿੰਦੇ ਨੇ, ਜੇ ਉਹ ਪੇਸ਼ ਪੈ ਜਾਣ ਤਾਂ ਵੀ ਬਰਬਾਦ ਕਰ ਦਿੰਦੇ ਨੇ, ਕਿਉਂਕਿ ਉਹ ਇੱਕ ਤਾਕਤਵਰ ਇਨਸਾਨ ਹੈ, ਉਹਨਾਂ ਦੀ ਜਿਹੜੀ ਯੂਨੀ ਹੈ ਤਾਕਤਵਰ ਆ। ਤਾਕਤਵਰ ਕਿਵੇਂ ਬਣਦੇ ਨੇ? ਅਸੀਂ ਵੀ ਬਣ ਸਕਦੇ ਹਾਂ, ਅਸੀਂ ਵੀ ਬਣ ਸਕਦੇ ਹਾਂ। ਉਹ ਪਹਿਲਾਂ ਮਾਲਕ ਦੇ ਨਾਂ ਨੂੰ ਆਰਾਧ ਦਿੰਦੇ, ਕਠਨ ਤੋਂ ਕਠਨ ਤਪੱਸਿਆ ਕਰਦੇ ਨੇ, ਫਿਰ ਉਹ ਤੋਂ ਪਾਵਰ ਲੈਂਦੇ ਨੇ, ਫਿਰ ਉਹਦੀ ਦੁਰਵਰਤੋਂ ਕਰਦੇ ਨੇ, ਫਿਰ ਉਹ ਰਾਕਸ਼ਸ ਕਹਾਉਂਦੇ ਨੇ। ਉਹ ਰਾਕਸ਼ਸ ਦੇ ਮਨ 'ਚ ਆਇਆ, ਓਏ ਮੇਰਾ ਸੁਭਾਗ ਚੰਗਾ ਹੈ, ਮੇਰੇ ਕਰਮ ਚੰਗੇ ਨੇ, ਖੁਦਾ ਆ ਗਿਆ, ਮੈਂ ਹੁਣ ਇਹਦੀ ਖਿਦਮਤ ਕਰਾਂ। ਖਿਦਮਤ ਕਹਿੰਦੇ ਨੇ ਸੇਵਾ ਕਰਨ ਨੂੰ, ਮੈਂ ਇਹਦੀ ਖਿਦਮਤ ਕਰਾਂ। ਗੁਰੂ ਦੇ ਪਿਆਰਿਓ, ਤਾਂ ਉਸ ਟਾਈਮ ਉਹ ਕਹਿਣ ਲੱਗਿਆ, ਹੇ ਖੁਦਾ, ਹੇ ਮੇਰੇ ਸੱਚੇ ਰੱਬ, ਕਿਰਪਾ ਕਰੋ ਮੈਨੂੰ ਥੋੜ੍ਹਾ ਸਮਾਂ ਮੋਹਲਤ ਦੇਵੋ, ਮੈਂ ਕਿਤੇ ਜਾ ਕੇ ਆਉਣਾ। ਮਹਾਰਾਜ ਕਹਿੰਦੇ, ਤੂੰ ਆਜ਼ਾਦ ਹੈ, ਗੁਰੂ ਨਾਨਕ ਦੇ ਦਰਦ ਵਿੱਚ ਕਿਸੇ ਨੂੰ ਕੈਦ ਨਹੀਂ ਹੈਗੀ, ਸਾਰੇ ਆਜ਼ਾਦ ਹੋ, ਗੁਰੂ ਨਾਨਕ ਦਾ ਦਰਬਾਰ ਖੁੱਲ੍ਹਾ ਹੈ, ਕੋਈ ਆਵੇ ਤੇ ਕੋਈ ਜਾਵੇ, ਸਾਰੇ ਰਾਜੀ ਜਾਵੇ, ਜੋ ਆਵੇ ਸੋ ਰਾਜੀ ਜਾਵੇ, ਗੁਰੂ ਨਾਨਕ ਦਾ ਦਰ ਖੁੱਲ੍ਹਾ ਹੈ, ਤੂੰ ਆਜ਼ਾਦ ਹੈ। ਉਹ ਦਿਓ ਨੇ ਅਡਾਰੀ ਭਰੀ, ਅਡਾਰੀ ਭਰ ਕੇ ਗੁਰੂ ਦੇ ਪਿਆਰਿਓ, ਹੁਣ ਦਿਓ ਕਿੱਥੇ ਚਲੇ ਗਿਆ? ਇੱਕ ਕਮਾਦ ਦੇ ਵਿੱਚ ਚਲੇ ਗਿਆ, ਉਹਨੇ ਗੰਨੇ ਸੋਹਣੇ ਸੋਹਣੇ ਗੰਨੇ ਪੱਟੇ, ਪੱਟ ਕੇ ਗੰਨੇ ਲਿਆਇਆ, ਆ ਕੇ ਮਹਾਰਾਜ ਨੂੰ ਪੇਸ਼ ਕੀਤੇ। ਐ ਸੱਚੇ ਪਾਤਸ਼ਾਹ, ਤੁਸੀਂ ਕੱਲ੍ਹ ਦੇ ਇੱਥੇ ਕੈਦ ਕੀਤੇ ਹੋਏ ਹੋ, ਮੈਨੂੰ ਹੁਕਮ ਕਰੋ, ਮੈਂ ਸਾਰੇ ਦਰਬਾਰ ਦੀ ਉੱਟਣਾ ਟਖੜਕਾ ਦਿਆਂਗਾ। ਮਹਾਰਾਜ ਨੇ ਜਵਾਬ ਦੇ ਦਿੱਤਾ, ਕਹਿੰਦੇ ਦਿਓ ਮੈਨੂੰ ਪਤਾ ਤੂੰ ਇੱਟਣਾ ਟਖੜਕਾ ਸਕਦਾ, ਤੂੰ ਇੱਕ ਦਿੱਲੀ ਪੂਰੇ ਸ਼ਹਿਰ ਨੂੰ ਤਬਾਹ ਕਰਨ ਦੇ ਵਿੱਚ ਸਮਰੱਥ ਹੈ, ਸਾਨੂੰ ਪਤਾ ਹੈ ਤੇਰੀ ਤਾਕਤ ਦਾ, ਪਰ ਅਸੀਂ ਐਸਾ ਕੁਝ ਨਹੀਂ ਕਰਨਾ ਹੈਗਾ। ਇਹ ਤਰੀਕੇ ਦੇ ਨਾਲ ਹੁਣ ਦਿਓ ਨੇ ਗੰਨੇ ਪੇਸ਼ ਕੀਤੇ, ਮਹਾਰਾਜ ਤੁਹਾਨੂੰ ਭੁੱਖ ਲੱਗੀ ਹੋ, ਵੀ ਕਿਰਪਾ ਕਰੋ ਮੇਰੇ ਗਰੀਬ 'ਤੇ ਜਿੰਨੀ ਇੰਨੀ ਕਿਰਪਾ ਕੀਤੀ ਆ, ਇੱਕ ਦਇਆ ਹੋਰ ਕਰ ਦਿਓ, ਮੇਰੀ ਸੇਵਾ ਪ੍ਰਵਾਨ ਕਰੋ। ਦੇਖੋ ਕੈਸੀ ਗੱਲ ਹੈ, ਅਸੀਂ ਨਾ ਜੇ ਕਿਤੇ ਦਾਨ ਕਰਨਾ ਹੋਵੇ 100 ਰੁਪਇਆ ਐਂ ਹੱਥ 'ਚ ਵੜ ਕੇ ਲੈ ਕੇ ਜਾਂਦੇ ਹਾਂ, ਵੀ ਲੋਕ ਦੇਖ ਲੈਣ ਵੀ ਇਹ ਬਹੁਤ ਵੱਡਾ ਦਾਨੀ ਆ, 500 ਐਂ ਫੜ ਕੇ ਲੈ ਕੇ ਜਾਂਦੇ ਹਾਂ, ਜੇ 5000 ਦੇ ਦਈਏ ਫਲੈਕਸ ਬੋਰਡ 'ਤੇ 9 ਲਿਖਾ ਦਿੰਦੇ ਹਾਂ ਵੀ ਇਹਨਾਂ ਨੇ ਬਹੁਤ ਵੱਡੀ ਸੇਵਾ ਕੀਤੀ ਆ। ਹੁਣ ਦਿਓ ਕਹਿੰਦਾ, ਇਹ ਸੱਚੇ ਖੁਦਾ ਹੈ ਮੇਰੇ ਸੱਚੇ ਰੱਬ, ਮੇਰੀ ਸੇਵਾ ਪ੍ਰਵਾਨ ਕਰ ਲਓ। ਕਹਿੰਦੇ ਕਿਵੇਂ? ਕਹਿੰਦੇ ਜੀ ਆ ਗੰਨੇ ਚੂਪ ਲਓ। ਮਹਾਰਾਜ ਦਇਆ ਦੇ ਸਾਗਰ ਖੁਸ਼ੀ ਚ ਆਏ, ਦਿਓ ਦੀ ਭਾਵਨਾ ਸਮਝੀ, ਗੰਨੇ ਚੂਪਣ ਲੱਗ ਪਏ ਨੇ, ਗੰਨੇ ਚੂਪੇ ਨੇ ਛਿੱਲੜ ਮਹਾਰਾਜ ਚੂਪ ਕੇ ਸਿੱਟਦੇ ਨੇ ਨਾ, ਉਹਨੂੰ ਪੁੰਜੇ ਨਹੀਂ ਗਿਰਨ ਦਿੰਦਾ, ਦਿਓ ਉਂਜਲ ਕਰ ਲੈਂਦਾ, ਉਂਜਲ ਹੱਥ ਵਿੱਚ ਬੁੱਝ ਲੈਂਦਾ, ਬੁੱਝ ਕੇ ਨਾ ਜੂਠੇ ਛਿੱਲੜ ਚੂਪਦਾ, ਉਹਦਾ ਜਨਮ ਮਰਨ ਤੋਂ ਰਹਿਤ ਹੋ ਜਾਂਦਾ। ਗੁਰੂ ਦੇ ਪਿਆਰਿਓ, ਉਹ ਜਨਮ ਮਰਨ ਤੋਂ ਰਹਿਤ ਹੋ ਜਾਂਦਾ। ਇਹ ਤਰੀਕੇ ਦੇ ਨਾਲ ਮਹਾਰਾਜ ਨੇ ਗੰਨੇ ਚੂਪੇ ਤੇ ਆਜ਼ਾਦ ਕੀਤਾ। ਦੂਸਰਾ ਦਿਨ ਹੋਇਆ, ਮਹਾਰਾਜ ਨੂੰ ਕਹਿੰਦੇ ਇੱਕ ਫਤਵਾ ਲੱਗਿਆ, ਸਜ਼ਾ ਮੁਕਰਰ ਹੋਈ। ਉਹ ਜਦੋਂ ਸਜ਼ਾ ਮੁਕਰਰ ਹੋਈ, ਉਸ ਟਾਈਮ ਕਹਿੰਦੇ ਇੱਕ ਐਸਾ ਪਿੰਜਰਾ ਲਿਆਓ,
ਉਹ ਪਿੰਜਰੇ ਚ ਨਾ ਮਹਾਰਾਜ ਬਹਿ ਸਕਦੇ ਸਨ, ਨਾ ਪੈ ਸਕਦੇ ਸਨ, ਨਾ ਖੜ ਸਕਦੇ ਸਨ, ਨਾ ਹਿੱਲ ਸਕਦੇ ਸਨ। ਤਿੱਖੀਆਂ ਨੋਕਾਂ ਵਾਲਾ ਪਿੰਜਰਾ ਸੀ ਗੁਰੂ ਦੇ ਪਿਆਰਿਓ, ਉਹ ਤਿੱਖੀਆਂ ਨੋਕਾਂ ਵਾਲਾ ਪਿੰਜਰਾ। ਜਦੋਂ ਮਤੀ ਦਾਸ ਨੇ ਮਹਾਰਾਜ ਨੂੰ ਮਿਲਣ ਵਾਸਤੇ ਆਏ, ਮਤੀ ਦਾਸ ਨੇ ਹਾਲਤ ਦੇਖੀ, ਮਤੀ ਦਾਸ ਕਹਿਣ ਲੱਗੇ, ਮਹਾਰਾਜ ਤੁਹਾਡੇ ਕੋਲ ਇੰਨੀ ਪਾਵਰ ਹੈ, ਇੰਨੀ ਸਮਰੱਥਾ ਹੈ, ਕਿਰਪਾ ਕਰੋ ਤੁਸੀਂ ਜ਼ਮੀਨ ਉੱਪਰ ਕਰ ਦਵੋ, ਸਮਾਨ ਥੱਲੇ ਕਰ ਦਵੋ, ਤੁਸੀਂ ਚੱਲ ਰਹੇ ਹੋ, ਤੁਸੀਂ ਕਰਾਮਾਤ ਦਿਖਾਓ। ਮਹਾਰਾਜ ਕਹਿੰਦੇ ਕਰਾਮਾਤ ਤਾਂ ਗੁਰੂ ਪੰਚਮ ਪਾਤਸ਼ਾਹ ਨੇ ਵੀ ਦਿਖਾਈ ਨਹੀਂ ਸੀ, ਉਹਦਾ ਯਾਰ ਇਸਲਾਮ ਧਰਮ ਦੇ ਵਿੱਚ ਪੈਦਾ ਹੋਇਆ ਆ, ਮੀਆਂ ਮੀਰ ਵੀ ਭੱਜ ਕੇ ਆਇਆ ਸੀ, ਪੰਜਮ ਪਾਤਸ਼ਾਹ ਨੂੰ ਤਵੀਆਂ ਤੇ ਸੜਦਾ ਦੇਖ ਕੇ ਕਹਿਣ ਲੱਗਿਆ ਸੀ, ਮਹਾਰਾਜ ਇਉਂ ਕਰ ਦਿਓ, ਕਰਾਮਾਤ ਦਿਖਾਓ। ਮਹਾਰਾਜ ਨੇ ਕੀ ਕਿਹਾ ਸੀ ਵੀ ਕਰਾਮਾਤ ਨੌ ਕਹਿਰ ਦਾ ਹੈ, ਅਸੀਂ ਕਹਿਰ ਕਰਨ ਵਾਸਤੇ ਨਹੀਂ ਆਏ, ਅਸੀਂ ਸ਼ਾਂਤੀ ਕਰਨ ਵਾਸਤੇ ਆਏ ਹਾਂ। ਇਹ ਤਰੀਕੇ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਮਹਾਰਾਜ ਨੇ ਕਿਹਾ ਸੀ ਗੁਰੂ ਪੰਚਮ ਪਾਤਸ਼ਾਹ ਨੇ, ਤੇਰਾ ਕੀਆ ਮਿੱਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ। ਇਹ ਤਰੀਕੇ ਦੇ ਨਾਲ ਅਸੀਂ ਕਹਿਰ ਨਹੀਂ ਕਰਨਾ। ਮਤੀ ਦੱਸਾ ਜਿਹੜੀ ਗੁੱਸਾ ਹੁੰਦਾ ਨਾ ਅਕਲ ਨੂੰ ਖਾ ਜਾਂਦਾ ਹੈ, ਜੋਸ਼ ਆ ਜਿਹੜਾ ਹੋਸ਼ ਨੂੰ ਖਾ ਜਾਂਦਾ ਹੈ। ਇਹ ਤਰੀਕੇ ਦੇ ਨਾਲ ਮਤੀ ਦਾਸ ਨਾਲ ਗੱਲ ਕਰ ਰਹੇ ਨੇ। ਹੁਣ ਮਤੀ ਦਾਸ ਦੀ ਸ਼ਹਾਦਤ ਹੋਈ, ਸਤੀ ਦਾਸ ਦੀ ਸ਼ਹਾਦਤ ਹੋਈ, ਗੁਰੂ ਦੇ ਪਿਆਰੇ ਭਾਈ ਦਿਆਲੇ ਦੀ ਸ਼ਹਾਦਤ ਹੋਈ, ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਹੋਇਆ, ਸਮਾਂ ਵੀ ਹੋ ਗਿਆ ਹੈ। ਤਾਂ ਜਿਸ ਟਾਈਮ ਮਹਾਰਾਜ ਦੀ ਸ਼ਹਾਦਤ ਹੁੰਦੀ ਆ, ਕਹਿੰਦਾ ਅੰਬਰ ਰੋਇਆ ਧਰਤੀ ਰੋਈ, ਇਹ ਅਨਹੋਣੀ ਕੈਸੀ ਹੋਈ। ਉਸ ਟਾਈਮ ਦੀ ਵਾਰਤਾ, ਉਸ ਟਾਈਮ ਦਾ ਸੀਨ, ਗੁਰੂ ਦੇ ਪਿਆਰੇ ਉਹ ਘਲਾਲ ਵਾਲਾ ਜਥਾ ਹੈ ਜਿਹੜਾ ਮੇਰੇ ਖੱਬੇ ਪਾਸੇ ਟੜਤੇ ਸੇਵਾ ਕਰ ਰਹੇ ਨੇ, ਮੇਰੇ ਨਿੱਕੇ ਵੀਰ ਦਵਿੰਦਰ ਸਿੰਘ ਜੀ ਦੀਵਾਨਾ, ਮੇਰੇ ਬੱਚਾ ਰਣਜੋਤ ਸਿੰਘ ਜੀ, ਅਤੇ ਛੋਟਾ ਬੱਚਾ ਮੇਰਾ ਵਿਸ਼ਾਲ ਸਿੰਘ, ਜਿਹੜੇ ਐੱਮ ਏ ਨੇ ਦਾਸ ਡਬਲ ਐੱਮ ਏ, ਗੁਰੂ ਦੇ ਪਿਆਰੇ ਉਹ ਸੇਵਾ ਕਰ ਰਹੇ ਹਾਂ। ਆਓ, ਜਿਸ ਟਾਈਮ ਮਹਾਰਾਜ ਦੀ ਸ਼ਹਾਦਤ ਹੁੰਦੀ ਆ, ਉਦੋਂ ਕੀ ਹੁੰਦਾ ਹੈ, ਉਸ ਟਾਈਮ ਦਾ ਵਰਣਨ, ਉਸ ਟਾਈਮ ਦਾ ਸੀਨ। ਜਸਪਾਲ ਸਿੰਘ ਐੱਮ ਏ ਦਾ ਕਲਾਲ ਵਾਲਾ ਢਾਡੀ ਜਥਾ ਇਉਂ ਕਹਿਣ ਜਾ ਰਿਹਾ ਬਈ, ਆਪਣਾ ਭਾਰ ਸਰੀਰ ਗਿਆ। ਉਹ ਦੁਖੀਆਂ ਵਾਲੀ ਬਾਂਹ ਪਕੜ ਕੇ ਉਹ ਸਿਰ ਤੇ ਚੱਲ ਸ਼ਮਸ਼ੀਰ ਗਿਆ। ਉਹ
ਸੁਖੀਆਂ ਵਾਲੀ ਬਾਂਹ ਪਕੜ ਕੇ ਸਿਰ ਤੇ ਚੱਲ ਸ਼ਮਸ਼ੀਰ ਗਿਆ। ਸੁਖੀਆਂ ਵਾਲੀ ਬਾਂਹ ਪਕੜ ਕੇ ਸਿਰ ਤੇ ਚੱਲ ਸ਼ਮਸ਼ੀਰ ਗਿਆ। ਮੱਤਾਂ ਵਾਲੀ ਮਰਨੀ ਮਰ ਕੇ ਜਾਂਦਾ ਖਿੱਚ ਲਕੀਰ ਗਿਆ। ਓ ਮਰਨੀ ਮਰ ਕੇ ਜਾਂਦਾ ਖਿੱਚ ਲਕੀਰ ਗਿਆ। ਉਹ ਮਰਦਾ ਬਾਲੀ ਮਰਨੀ ਮਰ ਕੇ ਜਾਂਦਾ ਖਿੱਚ ਲਕੀਰ ਗਿਆ। ਔਰੰਗਜ਼ੇਬ ਦਾ ਜ਼ੁਲਮ ਵੇਖ ਕੇ ਵੇਖ ਕੇ ਸਭ ਦੇ ਅੱਖੋਂ ਨੀਰ ਗਿਆ। ਔਰੰਗਜ਼ੇਬ ਦਾ ਜ਼ੁਲਮ ਵੇਖ ਕੇ ਸਭ ਦੇ ਅੱਖੋਂ ਨੀਰ ਗਿਆ। ਛੀਣੀ ਜ਼ਿਆਦਾ ਜਾਏ ਮਾਂ ਦਾ ਜਾਇਆ ਛੀਣੀ ਮਾਂ। ਮਾਂ ਦੇ ਵਿੱਚ ਵੀ ਬਹੁਤ ਵੱਡੇ ਵੱਡੇ ਤੱਤ ਨੇ। ਮਾਂ ਦੇ ਦੁੱਧ ਦੀ ਬਹੁਤ ਬਰਕਤ ਹੈ। ਇੱਕ ਤਾਂ ਦੁੱਧ 'ਚ ਸਤੇ ਨਹੀਂ ਹੈਗਾ,
ਇੱਕ ਦੁੱਧ ਤੇ ਤਾਕਤ ਨਾਲ ਭਰਪੂਰ ਹੈ, ਇੱਕ ਦੁੱਧ ਦੇ ਵਿੱਚ ਬੜੀ ਤਾਕਤ ਹੈ, ਬੜਾ ਭਰਪੂਰ ਹੈ, ਆਨੰਦ ਹੈ, ਕਿਰਪਾ ਹੈ। ਉਹ ਛੀਣੀ ਮਾਂ ਦਾ ਦੁੱਧ ਚੁੰਘਿਆ ਹੋਇਆ ਉਹ ਬੰਦਾ ਉੱਥੇ ਖੜਾ, ਉਹਦਾ ਨਾਂ ਕੀ ਆ? ਜੈਤਾ ਜੀ। ਉਹਦਾ ਨਾਂ ਹੈ ਜੈਤਾ ਜੀ। ਉਹਨੇ ਮਹਾਰਾਜ ਅੱਗੇ ਕੀਤੀ ਅਰਦਾਸ, ਸੱਚੇ ਪਾਤਸ਼ਾਹ ਕਿਰਪਾ ਕਰੋ ਮੈਂ ਤੁਹਾਡੇ ਨਾਲ ਨਵਾ ਸਕਾਂ, ਕਿਰਪਾ ਕਰੋ ਮੈਂ ਤੁਹਾਡੇ ਨਾਲ ਨਵਾ ਸਕਾਂ। ਤਾਂ ਉਸ ਟਾਈਮ ਸੀਸ ਚੱਕਿਆ ਬਾਹੋ ਬਾਕਰ ਦਾ, ਦਿੱਲੀ ਵੱਲ ਨੂੰ ਆ ਰਿਹਾ, ਨਾਲੇ ਅਰਦਾਸਾਂ ਕਰਦਾ, ਸੱਚੇ ਪਾਤਸ਼ਾਹ ਕਿਰਪਾ ਕਰਿਓ ਮੈਂ ਤੁਹਾਡੇ ਤੱਕ ਪਹੁੰਚ ਸਕਾਂ। ਅਤੇ ਧੜ ਨੂੰ ਮੱਖੀ ਸ਼ਾਹ ਬੰਜਾਰਾ, ਲੱਖੀ ਸ਼ਾਹ ਬੰਜਾਰਾ ਲੈ ਕੇ ਰੂਹ ਦੇ ਗੱਡੇ 'ਚ ਰੱਖ ਕੇ ਘਰ ਲੈ ਗਿਆ, ਆਪਣੇ ਘਰ ਨੂੰ ਅੱਗ ਲਾ ਕੇ ਦੇਹ ਦਾ ਸੰਸਕਾਰ ਕੀਤਾ ਅਤੇ ਸੀਸ ਦਾ ਸੰਸਕਾਰ ਕੀਰਤਪੁਰ ਸਾਹਿਬ ਦੀ ਧਰਤੀ ਉੱਤੇ ਕੀਤਾ। ਬੋਲਦਿਆਂ ਕੋਲ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾ ਹੋ ਜਾਂਦੀਆਂ ਨੇ। ਅਣਜਾਣ ਸੰਤ ਕੇ ਕਰਨਾ ਮਾਤ ਜਥਾ ਹਾਜ਼ਰੀ ਲਵਾ ਰਿਹਾ ਸੀ ਢਾਡੀ ਜਸਪਾਲ ਸਿੰਘ ਐਵੇਂ ਕਲਾਲ ਵਾਲਾ। ਆਓ, ਸਮਾਂ ਹੋ ਗਿਆ ਹੈ, ਸਮਾਂ 'ਤੇ ਤੂਫਾਨ ਕਿਸੇ ਦੀ ਲਿਹਾਜ਼ ਨਹੀਂ ਕਰਦੇ। ਮੈਂ ਪ੍ਰਬੰਧਕੀ ਬੋਰਡ ਦਾ, ਪ੍ਰਧਾਨ ਸਾਹਿਬ ਦਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਹੈੱਡ ਗ੍ਰੰਥੀ ਸਾਹਿਬ ਦਾ, ਸਾਰੇ ਅਮਲਾਂ ਦਾ ਅਤੇ ਸਾਧ ਸੰਗਤ ਦਾ ਤੈ ਦਿਲੋਂ ਧੰਨਵਾਦ ਕਰਦਾ, ਜਿਹਨੇ ਮਹਾਰਾਜ ਸੱਚੇ ਪਾਤਸ਼ਾਹ ਨੇ, ਗੁਰੂ ਨਾਨਕ ਨੇ ਕਿਰਪਾ ਕੀਤੀ, ਆਪਣਾ ਜਸ ਕਰਨ ਦਾ, ਆਪਣੀ ਗੋਦ 'ਚ ਬਿਠਾ ਕੇ, ਆਪਣੀ ਗੋਦ 'ਚ ਕਢਾ ਕੇ ਜਸ ਕਰਨ ਦਾ ਸੁਭਾਗਾ ਸਮਾਂ ਬਖਸ਼ਿਆ ਹੈ। ਬਿਨ ਭਾਗਾਂ ਸਤਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀਜਿਆ ਜੀਓ। ਆਓ, ਫਤਿਹ ਬੁਲਾਈਆ ਜੀ, ਆਖੋ ਵਾਹਿਗੁਰੂ ਜੀ।